ਮਿਸ ਹੋ ਗਈ ਏ ਓਕੇ ਰਿਪੋਰਟ ਜਮਾ ਕਰਨ ਨੂੰ ਗੱਲਾਂ ਲੈ ਉਹ ਬੈਲਟ ਲਾ ਲਾ ਭਰਾ ਜਿੱਦਾਂ ਭੁੱਲ ਕੇ ਲਾਦਾ ਤੂੰ ਫੋਨ ਆ ਗਿਆ ਪੈਸੇ ਵਾਲਾ ਫੋਨ ਆ ਗਿਆ ਪੱਕਾ ਬਹੁਤ ਬਹੁਤ ਮੁਬਾਰਕਾਂ ਭਰਾ ਨੂੰ ਫੇਰ ਦੁਬਾਰਾ ਕਹਿੰਦੇ ਮੁੰਡਾ ਨਵੀਂ ਗੱਡੀ ਪੈ ਛੱਲੀ ਨੂੰ ਪੈਂਦੇ ਵਿੱਚ ਕਹੇ ਟਾਂਡੇ ਨੂੰ ਉੱਤੇ ਪੈਂਦਾ ਬੋਦੀ ਕੈਮਰਾ ਬੰਦ ਹੋ ਨਾਲ ਹੀ ਤਾਂ ਦੱਸਣਾ ਬਣਾ ਕੇ ਇੱਥੋਂ ਨਾ ਹੈ ਲੈ ਵੀ ਰਾਣੀ ਸੁੰਦਰਾ ਦੀ ਸਰਸ ਹੋ ਜੂਗੀ ਅੱਛਾ 25 ਗੱਡੀ ਲੈ ਕੱਲੀ ਆਪਣੀ ਗੱਡੀ ਦਾ ਹੀ ਹੋਰ ਗੱਡੀ ਨੂੰ ਫੇਰ ਨਸ਼ੇ ਮੈਂ ਇੰਨਾ ਕੁੜੀਆਂ ਤੇਰਾ ਲੈਵਲ ਕਿਦਾਂ ਥੋੜੇ ਦਿਨਾਂ ਪਹਿਲਾਂ ਦੀ ਗੱਲ ਹੈ ਇਹ ਦਿਖਾਉਣ ਲਈ ਵੈਸੇ ਵੀ ਤਾਂ ਇਹ ਘਿਰ ਘੁਰ ਗਿਆ ਆਪਣੇ ਇੱਧਰ ਨੂੰ ਇਹੋ ਜਿਹੇ ਬੰਦੇ ਇਹੋ ਜਿਹੇ ਸਟਾਫ ਨਹੀਂ ਕਦੀ ਵੇਖਿਆ ਤੇ ਬਾਕੀ ਇਨਕਮ ਟੈਕਸ ਨਾਲ ਜਦੋਂ ਬਾਲਿਆ ਨਾ ਟੇਬਲ ਤੇ ਫੋਨ ਨਾ ਸਾਈਡ ਤੇ ਰੱਖ ਲੈਣੇ ਤੇਰੇ ਭਰਾ ਮੈਂ ਨਹੀਂ ਪੀਣੀ ਕਾਫੀ ਮੈਂ ਚੱਲ ਠੀਕ ਹੈ ਸਟਾਫ ਜੀ ਤੁਹਾਡੇ ਗੋਡੇ ਕਿੱਥੇ ਕਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਵਲੋਗ ਦੀ ਅਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਤੀ ਜੀ ਉੱਠਿਆ ਤਾਂ ਮੈਂ ਉੱਦਾਂ 6 ਵਜੇ ਦਾ ਭਰਨਾ ਵਲੋਗ ਜਿਹੜਾ ਕੱਲ੍ਹ ਬਣਾਇਆ ਸੀ ਮਤਲਬ ਕਿ ਉਹਦੇ ਵਿੱਚ ਨਾ ਐਡੀਟਿੰਗ ਬੜੀ ਕਰਨੀ ਪਈ ਜਦੋਂ ਸਾਰੇ ਗੈਂਗ ਇਕੱਠੀ ਹੁੰਦੀ ਫਿਰ ਗਾਲਾਂ ਗੂਲਾਂ ਬੜੀਆਂ ਕੱਢ ਦਿੰਦੇ ਵਿੱਚ ਉੱਠੇ ਸਿੱਧੀਆਂ ਕਈ ਹਰਕਤਾਂ ਕਰ ਦਿੰਦੇ ਅਤੇ ਉਹਦਾ ਕਰਕੇ ਫਿਰ ਕਈ ਵਾਰ ਐਡੀਟਿੰਗ ਕਰਨ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਨਾ ਅਤੇ ਇੱਕ ਰਾਤੀ ਕੱਲ੍ਹ ਰਾਤ ਜਿਹੜਾ ਕੱਲ੍ਹ ਵਲੋਗ ਬਣਾਇਆ ਸੀ ਉਹ ਜੋ ਰਾਤੀ ਐਕਸਰਸਾਈਜ਼ ਲਾਉਣ ਗਿਆ ਰਾਤ ਪੀ ਬੈਠੇ ਪ੍ਰੀ ਵਰਕਆਊਟ ਉਹ ਗੁਰੂਆ ਰਾਤ ਉਹਨੇ ਕੁੜੀ ਨੀਂਦ ਨਹੀਂ ਆਉਣ ਦਿੱਤੀ ਅਤੇ ਉਹ ਦਿਮਾਗ 'ਚ ਹੈ ਨਹੀਂ ਸੀ ਗੱਲ ਅਤੇ ਉਹ ਚੱਲ ਇਹ ਯਾਰ ਵਰਕਆਊਟ ਲੱਗ ਜੂ ਵਧੀਆ ਹੈ ਨਾ ਡੱਬਾ ਵੀ ਨਵਾਂ ਲਿਆਂਦਾ ਸੀ ਅਤੇ ਉਹ ਪੀ ਵੀ ਚਿਮਚਾ ਭਰ ਕੇ ਲਿਆ ਉਹਨੇ ਗੁਰੂਆ 2-3 ਵਜੇ ਤੱਕ ਨਾ ਅਚਵਨੀ ਜੀ ਲੱਗੀ ਰਹੀ ਨੀਂਦ ਆਵੇ ਨਾ ਅੱਖਾਂ ਬੰਦ ਕਰਾਂ ਨੀਂਦ ਆਵੇ ਨਾ ਆਉਣੀ ਕਿੱਥੋਂ ਹੀ ਤੁਹਾਨੂੰ ਪਤਾ ਕੈਫੀਨ ਤਕੜੀ ਝੁੰਦੀ ਕੈਫੀਨ ਵਗੈਰਾ ਕਾਫੀ ਕੁਛ ਹੁੰਦਾ ਹੈ ਨਾ ਉਹਦਿਆਂ ਦੇ ਵਿੱਚ ਅਤੇ ਉਹ ਗੁਰੂਆ ਬੜਾ ਔਖਾ ਹੈਗਾ ਪੱਕਾ ਕਮਰਾ ਇੱਦਾਂ ਦੇ ਫਿਰ ਇਹ ਜਿੱਦਾਂ ਰੂਟੀਨ ਦੇ ਹਿਸਾਬ ਨਾਲ ਰੋਜ਼ ਜਿੱਦਾਂ 6 ਵਜੇ ਉੱਠ ਪਈਦਾ ਉਸ ਹਿਸਾਬ ਨਾਲ ਫਿਰ ਰੱਖ ਜੀ ਖੁੱਲ੍ਹ ਗਈ ਫਿਰ ਮੈਂ ਆ ਕੇ ਵਲੋਗ ਐਡਿਟ ਕਰਨ ਲਿਆ ਪਿਆ ਅਤੇ ਹੁਣ ਮੈਂ ਚੱਲਿਆ ਸੈਰ ਨੂੰ ਅਤੇ ਮੈਂ ਚੱਲ ਵਲੋਗ ਆਪਾਂ ਕਰ ਲੈਂਦੇ ਸ਼ੁਰੂ ਅਤੇ ਬਾਕੀ ਕੱਲ੍ਹ ਜਿਨ੍ਹਾਂ ਨੇ ਕੱਲ੍ਹ ਵਲੋਗ ਵੇਖਿਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਾ ਕੱਲ੍ਹ ਗੱਡੀ ਸਰਵਿਸ ਕਰਾਉਣ ਗਏ ਸੀ ਉਸ ਵਾਲੀ ਏਜੰਸੀ ਬੰਦ ਨਿਕਲੀ ਅਤੇ ਇੱਕ ਬਾਬੇ ਦੀ ਕਿਰਪਾ ਨਾਲ ਹਰਮਨ ਲਿਆਂਦੀ ਗੱਡੀ ਨਵੀਂ ਅਤੇ ਉਹਨੇ ਨਵੀਂ ਲਿਆ ਕੇ ਕਾਫੀ ਚਲਾ ਦਿੱਤੀ ਇੱਕ ਤਾਂ ਉਹ ਗੁਰਦੁਆਰਾ ਸਾਹਿਬ ਘਰ ਦੇ ਨਾਲ ਲੈ ਕੇ ਦਰਸ਼ਨ ਮੇਲੇ ਕਰਨ ਗਿਆ ਸੀ ਅਤੇ ਅੱਜ ਉਹ ਗੱਡੀ ਦਾ ਚੈੱਕਅਪ ਹੋਣਾ ਵਾ ਅਤੇ ਪਹਿਲਾਂ ਤਾਂ ਹਰਮਨ ਵਾਲੀ ਗੱਡੀ ਚੱਕਾਂਗੇ ਏਜੰਸੀ ਲਾ ਕੇ ਫਿਰ ਆਪਣੀ ਡਰਾਈਵਰ ਚੱਕ ਕੇ ਫਿਰ ਚੱਲਦੇ ਹਾਂ ਅੰਮ੍ਰਿਤਸਰ ਨੂੰ ਹਾਂ ਬਾਈ ਚੱਲੀਏ ਚਲਾ ਜਾ ਮੇਰਾ ਪੁੱਤ ਲੈ ਕਿੱਡਾ ਕੁਛ ਹਾਂ ਉਹ ਤੇਰੇ ਦੋਵੇਂ ਚੋਟਾਂ ਨੇ ਤੇਰੇ ਨਾਲ ਕੋਈ ਗੁੱਸੇ ਹੋਣਾ ਸੀ ਆਣਾ ਕਹਿਣਾ ਢਿੱਲੋ ਦੇ ਕੁੱਛੜ ਚੜ ਗਿਆ ਤੇ ਚੱਲਿਆ ਬਾਹਰ ਨੂੰ ਤੈਨੂੰ ਡਾਉਣਗੇ ਬਾਜੋ ਇਕੱਲੇ ਆ ਲੈ ਜੀ ਨਾਲ ਤੈਨੂੰ ਕੀ ਆਉਂਦਾ ਹੈ ਓਏ ਖੜਨਾ ਨਾਲ ਤੈਨੂੰ ਨਹੀਂ ਖੜਨਾ ਤੰਗ ਕਰਦੇ ਨਾ ਮੇਰਾ ਹਾਏ ਹਾਏ ਉਹ ਦੋਵੇਂ ਪਿੰਜਰੇ ਦੇ ਵਿੱਚ ਇਹਦੇ ਮੂੰਹ ਲਵੇਂਦੇ ਕਿ ਇਹਦਾ ਕੁੜੀਏ ਚੰਗਾ ਸੂਤਰਿਆ ਇਹਦੇ ਝਾਟ ਹੀ ਕੁੱਛੜ ਚੜ ਜਾਂਦਾ ਹੈ ਉੱਧਰ ਅੱਜ ਇਹਦਾ ਸੂਤਰ ਆ ਗਿਆ ਜੀ ਇਹ ਚੱਲਿਆ ਜੀ ਮੇਰੇ ਨਾਲ ਅੱਜ ਹੈ ਤੁਸੀਂ ਖਰਾਬੀਆਂ ਕਰਦੇ ਦੋਵੇਂ ਜਾਣੇ ਕਿਉਂ ਕੋਕੋ ਅੱਜ ਤਾਂ ਮੈਂ ਨਾ ਰਾਜਾ ਇਕੱਲਾ ਹੀ ਗਏ ਅੱਜ ਇਹਨੂੰ ਤੰਗ ਨਹੀਂ ਕਰਦੇ ਜਦੋਂ ਨਾਲ ਹੁੰਦੇ ਨਾ
ਇਹਦੀ ਚੰਗੀ ਰੇਲ ਬਣਾਉਂਦੇ ਕਈ ਵਾਰ, ਬੜਾ ਵੱਡਾ ਪ੍ਰਧਾਨ, ਉਹਦੇ ਉੱਤੋਂ ਟੱਪ ਟੁੱਪ ਜਾਂਦਾ ਇਹਨੂੰ ਤੇ ਉਹਦੇ ਪੈਰਾਂ 'ਚ ਕਿਵੇਂ ਰੋਲ ਰਲ ਜਾਂਦਾ ਵਿਚਾਰਾ ਇਹ। ਲੈ ਵੀ ਮਿੱਤਰਾ ਸੈਰ ਸੁਰ ਕਰ ਆਈ ਯਾਰ ਹੁਣੀ, ਅਤੇ ਹੁਣ ਆਪਣੀ ਡਾਇਟ ਖਾਈਏ। ਮਤਾ ਬਤਾ ਮੇਰੇ ਆਹ ਬਲੇ ਦੋਜੀ ਆ ਮੰਮੀ, ਦੋਜੀ ਪੈਸੇ ਮੰਗੀ ਜਾਂਦੇ ਅੱਜ, ਇਹਦੇ ਪੈਸੇ ਵਾਹਵਾ ਬਣੇ ਪਏ। ਕਿੱਥੇ ਮਿਲੇ ਬਦਾਮ ਕਿੱਥੇ? ਉਧਰ ਵੇਖ ਲਾ ਕੋਕ ਹੋਣਾ ਦੇ ਕੰਮ ਕਿੱਦਾਂ ਪੈਣ ਗਿਆ ਇਹ ਗਾਣੇ ਦੇ ਪਾਸੇ, ਹੁਣ ਵੇਖ ਨਾਲ ਤੁਰੇ ਆਉਣਾ। ਲੈ ਲੈ ਉਧਰ ਵੇਖ ਕੀ ਪੈਣ ਕੀ ਕਿੱਥੋਂ ਡਿਆ ਏ ਬੰਦਾ ਪੁੱਛੇ ਉਹਨੂੰ ਹੈ ਕੀ ਸਾਬਤ ਕਰਨਾ ਚਾਹੁੰਦੇ ਹੋ ਸੋਚੋ। ਹਾਏ ਆਪਣੀ ਪੂਰੀ ਐਂ ਵਫਾਦਾਰੀ ਵਿਖਾਉਂਦਾ, ਪੂਰੀ ਕੌੜ ਵਿਖਾਉਂਦਾ ਕਿ ਹੈਗੀ ਗੱਲਬਾਤ। ਯਾਰ ਮਿੱਤਰਾ ਯਾਰ ਹੁਣੀ ਬਨੇਰੇ 'ਤੇ ਬੈਠੇ ਜੀ, ਸਵਾਦ ਲੈਣ ਡੇ। ਉਹ ਕੋਕੋ ਆ ਜਾ ਆ ਜਾ ਆ ਜਾ ਇੱਧਰ ਆ ਜਾ, ਆ ਚੀਜ਼ੀ ਦਵਾਂ, ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉੱਤੇ ਪੌਣੇ ਚੜਿਆ, ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪੌਣੇ ਚੜ੍ਹ ਕੇ ਆ ਜਾ ਆ ਜਾ ਆ ਜਾ ਆਊਗਾ ਲੱਗਦਾ ਮੈਨੂੰ ਹੈ। ਲੈ ਮਿੱਤਰੋ ਮੌਸਮ ਚੈੱਕ ਕਰੋ, ਮੌਸਮ ਮੌਸਮ ਹੋਇਆ ਪਿਆ, ਪਰ ਜੇ ਇੱਦਾਂ ਰਹੇ ਤੇ ਬੱਦਲ ਰਹਿਣ ਮੀਂਹ ਨਾ ਪਵੇ ਫਿਰ ਅਸੀਂ ਖੁਸ਼ ਹਾਂ ਹੈਂ। ਜੇ ਮੀਂਹ ਪੈ ਗਿਆ ਤਾਂ ਗੱਡੀਆਂ ਵੀ ਲਿਬੜ ਜਾਣੀਆਂ ਅਤੇ ਬੰਦੇ ਵੀ ਲਿਬੜ ਜਾਂਦੇ ਆ। ਲੈ ਵੀ ਆ ਗਿਆ ਜੁੱਟ ਮੇਰਾ, ਇੱਧਰ ਨਾ ਆ ਪੁੱਤ ਥੱਲੇ ਡਿੱਗ ਪਏਗਾ ਦੱਸ ਦੇਣੀ ਆ। ਬਾਜੀ ਪਿਲ ਜੂ ਬਾਜੀ, ਪ੍ਰਧਾਨ ਦੀ ਪਿਲੀ ਨਾ ਪਰਸੋਂ, ਪ੍ਰਧਾਨ ਰਾਤੀ ਕਿਤੇ ਹਨੇਰੇ 'ਚ ਤਾਂ ਚੜ੍ਹਾਉਂਦੇ, ਬਾਪੂ ਦੱਸਣ ਡਿਆ ਸੀ ਇਹ ਵੀ ਨਾਲ ਹੀ ਹੁੰਦਾ। ਇਹ ਸ਼ਤਾਨ ਵਾਲਾ ਇਹ ਪੌੜੀਆਂ ਉੱਤਰ ਗਿਆ ਕਿ ਬੱਤੀ ਬੰਦੀ ਅਤੇ ਪ੍ਰਧਾਨ ਦੀ ਪਿਲ ਗਈ ਬਾਜੀ ਪੌੜੀਆਂ 'ਚੋਂ, ਧੌਣ ਪਰਨੇ ਪਏ ਪਰ ਬਚ ਗਿਆ। ਉਹ ਸਨੈਪਚੈਟ ਚਲਾਉਣ ਡਿਆ ਕੋਠੇ 'ਤੇ ਬੈਠਾ, ਇੱਥੇ ਬੜੀ ਫੀਲਿੰਗ ਜੀ ਘੈਂਟ ਆਉਣ ਡਈ ਛੱਤ 'ਤੇ ਬੈਠੇ ਅਤੇ ਬਨੇਰੇ 'ਤੇ ਮੈਨੂੰ ਮੈਸੇਜ ਆਉਣ ਡਿਆ ਕਹਿੰਦੇ ਵੀਰ ਜੀ ਲੈ ਉਹਦੀ ਸਰਸ ਕਦੋਂ ਕਰਾਉਣੀ ਹੈ, ਅਤੇ ਜਾਣ ਕੱਲ੍ਹ ਗਿਆ ਸੀ ਕਰਾਉਣ, ਤੁਹਾਨੂੰ ਪਤਾ ਜਿਹਨਾਂ ਨੇ ਕੱਲ੍ਹ ਵਾਲਾ ਬਲੌਗ ਦੇਖਿਆ। ਉਹ ਏਜੰਸੀਆਂ ਹੋਈਆਂ ਬੰਦ, ਦਿੱਕਤ ਤਾਂ ਆਉਂਦੀ ਐਵੇਂ ਤੁਹਾਨੂੰ ਆਖਾਂ ਮੈਂ ਹੈ ਨਾ, ਪਰ ਗੱਡੀ ਇਹ ਕਿ ਤੋਹਫਾ ਹੀ ਇੱਕ ਹਿਸਾਬ ਦੀ ਹੁਣ ਆਪਾਂ ਵੇਚ ਨਹੀਂ ਸਕਦੇ ਇਹਨੂੰ ਹੈ ਨਾ। ਇਹ ਰਾਣੀ ਨੇ ਆਪਣਾ ਬਹੁਤ ਸਾਥ ਦਿੱਤਾ ਆ, ਬੜਾ ਇਹਨੇ ਮਾੜਾ ਚੰਗਾ ਟਾਈਮ ਆਪਣੇ ਨਾਲ ਕੱਢਿਆ ਵਿਚਾਰੀ ਨੇ, ਅਤੇ ਤਾਂ ਕਰਕੇ ਇਹਨੂੰ ਵੇਚਣਾ ਨਹੀਂ ਇਹ ਕਿ ਹੁਣ ਅੰਮ੍ਰਿਤਸਰ ਜਿਹੜੀ ਏਜੰਸੀ 'ਚ ਆਪਾਂ ਗੱਡੀ ਲਈ ਸੀ ਉਹ ਏਜੰਸੀ ਹੋ ਗਈ ਬੰਦ ਹੈ ਨਾ, ਉਹ ਮਤਲਬ ਕਿ ਇਹਨਾਂ ਨੇ ਉੱਥੇ ਹੈ ਹੀ ਨਹੀਂ, ਅੱਗੇ ਹੁੰਦਾ ਕਿ ਏਜੰਸੀ ਉੱਥੇ ਹੈਗੀ ਸੀ ਅਤੇ ਚਲੋ ਸਰਵਿਸ ਕਰ ਦਿੰਦੇ ਹੁੰਦੇ ਸੀ। ਹੁਣ ਇੱਕ ਏਜੰਸੀ ਹੈਗੀ ਆ ਆਪਣੇ ਲੁਧਿਆਣੇ, ਆਪਣੇ ਜਲੰਧਰ ਆ, ਅਤੇ ਇੱਕ ਅੰਮ੍ਰਿਤਸਰ ਹੋਰ ਹੈਗੀ ਆ, ਉੱਥੇ ਜਾ ਕੇ ਵੇਹਨੇ ਅੱਜ, ਜੇ ਉਹ ਹੋਈ ਤਾਂ ਉੱਥੋਂ ਕਰਵਾ ਕੇ ਲਿਆਵਾਂਗੇ। ਉਹ ਬੰਦੇ ਸਾਡੇ ਦੌੜ ਲਾਉਂਦੇ ਆਉਣ ਡੇ, ਦੋ ਹੈ ਬੰਦੇ ਮਿਹਨਤ ਵੱਲ ਪੂਰਾ ਧਿਆਨ ਦੇਣ ਡੇ, ਪੂਰਾ ਜ਼ੋਰੋ ਜ਼ੋਰ ਚਲਾਉਂਦਾ ਕੈਂਬਰ, ਲੇਟ ਟਾਈਮ ਦੇ ਪਾਬੰਦ ਨਹੀਂ ਆ। ਇਹਨਾਂ ਨੂੰ ਮੈਂ ਕਿਹਾ 7 ਵਜੇ ਆ ਜਾਇਓ, ਮੈਂ ਟਾਈਮ ਕਹਿੰਦਾ ਆ ਬਾਬਾ ਇਹ ਮਿਲਾ ਦੱਸਦਾ ਨਹੀਂ, 8:30 ਹੋ ਗਏ, ਉੱਤੇ ਹੋ ਗਿਆ 8:30 ਤੋਂ ਉੱਤੇ ਹੋ ਗਿਆ, ਕਿਤੇ 8 ਵਜੇ ਆ ਜਾਂਦੇ ਤਾਂ ਕਿੰਨਾ ਨਜ਼ਾਰਾ ਆਉਣਾ ਸੀ। ਚਲੋ ਕੋਈ ਭਜੇ ਆਉਣ ਡੇ, ਨਹੀਂ ਉਹ ਦਿਖ ਪਿਆ ਵੀ ਵੇ ਮੱਠੀ ਮੱਠੀ ਦੌੜ ਪੜਵਾਨੀ ਦੌੜ ਲਾਉਂਦੇ ਆਉਣ ਡੇ ਹੈਂ। ਭਾਈ ਸੱਜਣ ਪੁੱਛਦੇ ਗੇਨਿੰਗ ਵਾਲੀ ਡਾਇਟ, ਗੇਨਿੰਗ ਵਾਲੀ ਬੈਸਟ ਡਾਇਟ ਜਾਣ, ਦਲੀਆ ਕਰੋ 2 ਟਾਈਮ, ਪਹਿਲਾਂ ਆਪਾਂ ਖਾਧੇ ਛੋਲੇ ਅਤੇ ਬਦਾਮ, ਉਹ ਤੋਂ ਬਾਅਦ ਆਪਾਂ ਦਲੀਆ ਦੇ ਵਿੱਚ ਪਾ ਲਿਆ ਪੀਨਟ, ਦੇ ਵਿੱਚ ਕੇਲਾ ਕੱਟ ਕੇ ਪਾ ਲਓ ਇਹਦੇ ਜੋ ਆਪਾਂ ਖਾਂਦੇ ਹਾਂ ਹੈ ਨਾ। ਉਹ ਤੋਂ ਬਾਅਦ ਬਣਾ ਕੇ ਸ਼ੇਕ ਘੈਂਟ ਜਿਹਾ ਉਹ ਪੀਓ, ਜੇ ਫਿਰ ਢਿੱਡ ਭਰੇ ਫਿਰ ਬ੍ਰੈਡ ਖਾ ਲਓ ਹੈਂ, ਪੀਨਟ ਲਾ ਕੇ ਹੈਂ, ਬ੍ਰੇਕਫਾਸਟ ਕਰੋ ਹੈਵੀ ਆ, ਨਾਲ 2-4 ਆਂਡੇ ਨੱਪ ਦਿਓ, ਆਂਡੇ ਮੈਂ ਖਾਣੇ ਨਹੀਂ ਅਜੇ, ਅਸੀਂ ਜਾਣਾ ਜੀ ਗੁਰਦੁਆਰਾ ਸਾਹਿਬ। ਹੈਂ ਕਾਪਾ ਸਾਹਿਬ ਕਿੰਨੇ ਬਣੇ? ਤੇਰਾ ਭਲਾ ਰਿਹਾ ਤੇਰਾ, ਕਿੰਨੇ ਚਾਹੀਦੇ ਬਾਬਾ ਦੱਸ ਹੁਣ ਬਾਜ ਕਰਾ। ਮੈਂ ਤਾਂ ਮੈਂ ਕੋਈ ਦਿੰਦੇ ਕਿਸੇ ਨਹੀਂ ਗੱਜ, ਦੱਸ ਚਾਹੀਦੇ ਕਿੰਨੇ ਆ?
ਦੱਸ ਪੁੱਛ ਕੇ ਫਿਰ ਕਿੰਨਾ ਚਾਹੀਦਾ ਉਹਨੇ ਤੈਨੂੰ ਬਾਜ ਕਰਾ ਦੂੰ ਅੱਜ ਦੱਸ ਕਿੰਨੇ ਚਾਹੀਦੇ ਦੱਸ ਮੂੰਹ ਬੋਲ ਦੱਸ ਵੱਧ ਤਾਂ ਨਹੀਂ ਚਾਹੀਦੇ ਦੱਸ ਤੇ ਵੱਧ ਚਾਹੀਦੇ ਆ ਸਰਪੰਚ ਰਹਿ ਗਿਆ ਸਰਪੰਚ ਕਿਧਰ ਗਿਆ ਮੈਂ ਤਾਂ ਗੱਡੀ ਲਈ ਮੁੰਡੇ ਨੇ ਨਵੀਂ ਤੇ ਵਿਹਲਾ ਉਦੋਂ ਤੁਰਿਆ ਫਿਰਦਾ ਨਵੀਂ ਲਈ ਤੇ ਵਿਹਲਾ ਖਾਲੀ ਹੱਥੀ ਆ ਜਾਂਦਾ ਉਹ ਵੀ ਹੈਗੀ ਕੋਲ ਤੇ ਫਿਰ ਨਵੀਂ ਲੀ ਹੈ ਹੈਂ ਐਵੇਂ ਨਖਰੇ ਕਹਦੇ ਕਦ ਡੱਬ ਮਿੱਠਾ ਖਵਾਉਂਦਾ ਮਰਾ ਤਾਂ ਕਰੀ ਜਾਂਦਾ ਹੈਂ ਕਿੱਥੇ ਲਿਆਉਣਾ ਹਫ਼ਤਾ ਆ ਗਿਆ ਲਿਆਂਦੀ ਨੂੰ ਹਫ਼ਤਾ ਆ ਗਿਆ ਤੇ ਵਿਹਲਾ ਇੱਦਾਂ ਤੁਰਿਆ ਫਿਰਦਾ ਜੀ ਭੌਂਕਣਾ ਨਹੀਂ ਆ ਆਹੋ ਨਹੀਂ ਗੱਡੀ ਲੈਣ ਤੋਂ ਬਾਅਦ ਇਹਦਾ ਗੱਡੀ ਨਵੀਂ ਲਿਆਂਦੀ ਤੇ ਵਧਾਈ ਇੱਦਾਂ ਮਿੱਟ ਤੁਰਿਆ ਫਿਰਦਾ ਹਵੇ ਬਾਹਰ ਲੱਗੀ ਨਾ ਨਾ ਜਿਹੜੀ ਗੱਡੀ ਨਵੀਂ ਲੈ ਕੇ ਆਇਆ ਤੇ ਮਿੱਠਾ ਡੱਬਾ ਨੀ ਖਵਾਉਣ ਡਿਆ ਤੇ ਮਿੱਠਾ ਮੂੰਹ ਮਿੱਠਾ ਨੀ ਕਰਾਉਣ ਡਿਆ ਦੱਸਣਾ ਕਿਉਂ ਨੀ ਮਾਮਾ ਚੀਜ਼ ਲਈ ਇੰਨੇ ਚਾਵਾਂ ਨਾਲ ਦੱਸਣੀ ਕਿਉਂ ਨੀ ਫੋਨ ਕਰੀ ਜਾਂਦਾ ਬਹੁਤ ਬਹੁਤ ਮੁਬਾਰਕ ਭਰਾ ਨੂੰ ਫੇਰ ਦੁਬਾਰਾ ਕਹਿੰਦੇ ਮੁੰਡਾ ਨਵੀਂ ਗੱਡੀ ਲੈ ਰਾਤ ਮੇਰੀ ਕੋਈ ਚੰਗੀ ਤਰ੍ਹਾਂ ਵਿਖਾਈ ਨੀ ਗਈ ਨਹੀਂ ਕਿਉਂ ਟਿਕਣ ਦਵਾ ਹੈ ਇੰਨੀ ਮਿਹਨਤ ਨਾਲ ਚੀਜ਼ਾਂ ਲਿਆਈ ਦੀਆਂ ਤੇ ਅਸੀਂ ਵਧਾਈ ਵੀ ਨਾ ਦਈਏ ਭਰਾ ਨੂੰ ਐਂ ਦੱਸਦਾ ਨੀ ਸੋਹਣੀ ਆ ਗਾਲ ਆ ਮੱਥਾ ਕਿਹੜਾ ਸੋਹਣਾ ਤਾ ਆਹ ਗੱਲ ਗ੍ਰਿਲ ਗਰੁਲ ਦੀ ਨਾ ਬਹੁਤ ਸੋਹਣੀ ਆ ਆਵਾਜ਼ ਵੀ ਚੇਂਜ ਕਰਤੀ ਆ ਆਵਾਜ਼ ਸਮਝ ਆ ਅੱਖੀ ਜਮਾ ਹੀ ਨਹੀਂ ਹੈਗੀ ਗੁਰੂ ਆ ਗੱਡੀ ਦੀ ਤੇ ਚਲਾਵਾ ਬੜਾ ਸੋਹਣਾ ਕਰਤਾ ਗੁਰੂ ਆ ਗੱਡੀ ਦਾ ਹੈਂ ਪਰ ਨਹੀਂ ਆ ਆਹ ਗੱਡੀ ਦਾ ਚਲਾਵਾ ਬੜਾ ਸੋਹਣਾ ਬਾਪੂ ਗੱਡੀ ਦਾ ਉਹ ਨਵਾਂ ਮਾਡਲ ਆਇਆ ਨਾ ਪਰ ਜਿਹੜਾ ਇਹਦਾ ਚਲਾਵਾ ਨਾ ਉਹਦਾ ਗਾੜੀ ਸੋਹਣੀ ਜ਼ਰੂਰ ਪਰ ਉਹਦੀ ਪਿੱਛੋਂ ਨਾ ਉਹਦੀ ਕੁੜੀ ਦਾ ਪਿੱਛਾ ਨੀ ਸੋਹਣਾ ਉਹਦਾ ਕੁੜੀ ਦਾ ਰਾਣੀਏ ਚਲੀਏ ਤੇਰੀ ਸਰਸ ਦਾ ਪਤਾ ਕਰਕੇ ਹੀ ਸ਼ਾਇਦ ਅੱਜ ਗੱਲ ਬਣੀ ਜਾਵੇ ਕੈਮਰਾ ਕੱਢ ਮਨੇ ਵਿੱਚੋਂ ਉਹ ਇਹਦਾ ਵੀ ਸੈਲ ਪੈਣ ਵਾਲਾ ਜੀ ਬੰਨੇ ਕਿੰਨੇ ਕਿੰਨੇ ਹੋਣ ਵਾਲੇ ਚੱਲ ਕੈਮਰਾ ਕੱਢ ਫੋਟੋ ਖਿੱਚ ਲਈ ਦੋ ਚਾਰ ਕੱਪੜੇ ਕੁੱਪੜੇ ਪਾਏ ਅੱਜ ਸੁੱਖਣਾ ਅਜੇ ਬਾਹਰ ਚੱਲ ਤਿਆਰ ਸ਼ਹਿਰ ਹੋਏ ਹਾਂ ਦੋ ਚਾਰ ਫੋਟੋਆਂ ਖਿੱਚ ਲਈਏ ਕੀ ਕਹਿੰਦੇ ਹੈਂ ਕਦੀ ਕਦੀ ਤਿਆਰ ਹੁੰਦਾ ਮੈਂ ਕਿੱਥੇ ਗਿਆ ਸਰਪੰਚ ਉਹ ਅੱਜ ਕਿਤੇ ਜਾਣ ਦੀ ਤਿਆਰੀ ਕਰਨ ਦੇ ਆਪਣੀ ਉੱਦਾਂ ਵੀ ਨਾ ਹਾਈਡ ਕਰਕੇ ਨਾ
ਨਿੱਕੀ ਗੱਡੀ ਬਹਿਣਾ ਫੀਲਿੰਗ ਨਹੀਂ ਆਉਂਦੀ, ਵਾਈਬ ਜੀ ਨਹੀਂ ਆਉਂਦੀ, ਤਾਂ ਨੀਵੇਂ ਚ ਨਹੀਂ ਬੈਠੇ ਪੰਜਾਹ ਹਜ਼ਾਰ ਦੀ ਉਹ ਗੱਲ ਆ ਉੱਚੀ ਹੈ ਨਾ, ਉੱਚੀ ਗੱਡੀ ਬਹਿਣ ਦਾ ਸਵਾਦ ਹੀ ਵੱਖਰਾ ਆ, ਉਹ ਨੀਵੀਂ ਗੱਡੀ ਦੇ ਜਾਂਦਾ ਵਾ ਜੇ ਪੁੰਜੇ ਬੈਠੇ ਹੁੰਦੇ ਆ। ਮੈਂ ਗੱਡੀ ਆ ਲਾਦੀ ਜੰਸੀ ਉਸ ਕੋਲ ਜਾਣਾ ਅੱਡਾ। ਚੱਲ ਅੱਜ ਜੀ ਆਪਾਂ ਚੱਲੀਏ ਫਿਰ, ਚੱਲ ਮੰਨੇ ਚੱਲੀਏ, ਕਰ ਲਾ ਕੰਮ ਜੀ ਭਾਅ ਜਿਹੜੇ ਕਰਨੇ ਆ। ਏਜੰਸੀ ਦੇ ਵਿੱਚ ਪਹਿਲੀ ਸਰਸ ਤੇ ਦੂਜੀ ਦੀ ਵੀ ਕਰਾ ਲਈ ਅੱਜ, ਦੱਸਦੇ ਨੀ ਜੀ ਹੈ ਚੰਡੀਗੜ੍ਹ ਤੋਂ ਜਾ। ਅੱਛਾ ਠੀਕ ਹੈ, ਨਹੀਂ ਬਾਈ ਮੈਂ ਅੰਮ੍ਰਿਤਸਰ ਨੂੰ ਕਰਾ ਲਈ ਅੱਜ, ਤੁਸੀਂ ਨੀ ਜਾਣਾ ਕਿ ਮੈਂ ਇਕੱਲਾ ਜਾਊਂਗਾ ਤੇ ਹੋਰ ਕਰਦੇ ਕੁਛ ਨੀ ਜੀ। ਚੱਲੀਏ ਕੋਈ ਵੀ ਨਹੀਂ ਜਾਊ ਚੰਡੀਗੜ੍ਹ, ਮੈਂ ਇਕੱਲਾ ਜਾਊਂਗਾ। ਮਗਰ ਆਉਣ ਤੇ ਕਾਹਲੇ ਰਹਿੰਦੇ ਤੁਸੀਂ ਹੈ, ਮਗਰ ਆਉਣ ਤੇ ਮੁੜ ਨਹੀਂ ਗਵਾਚਦਾ ਮੈਂ ਹੈ। ਹੁਣ ਮੈਂ ਵੱਡਾ ਹੋ ਗਿਆ ਵਾ, ਐ ਕਹੀ ਜਾਵੇ ਹੁਣ ਮੈਂ ਵੱਡਾ ਹੋ ਗਿਆ ਵੀ ਮਿੱਤਰਾ ਪਾ ਤੇ ਚੱਲ ਯਾਰ ਅੰਮ੍ਰਿਤਸਰ ਨੂੰ ਭੁੱਖ ਤੇ ਨੀ ਲੱਗੀ ਨਾ ਕਿੱਦਾਂ ਹੋ ਗਈ ਕੈਮਰਾ ਬੰਦ ਹੋ ਨਾਲ ਹੀ ਤਾਂ ਦੱਸਣਾ ਬਣਾ ਕੇ ਇੱਥੋਂ ਨਾ ਕੁਝ ਖਾਈਏ ਤੇ ਇੱਥੋਂ ਨਾ ਕੁਝ ਖਾਈਏ ਸਭੇ ਤਾਂ ਹੈਗਾ ਇੱਥੇ ਬਾਈ ਪਾਸ ਤਾਂ ਨੰਬਰ ਸੁਰੱਖ ਹੁੰਦਾ ਪਹੁੰਚ ਗਈ ਯਾਰ ਅੰਮ੍ਰਿਤਸਰ ਤੇ ਟੂ ਮੱਚ ਜਾਮ ਗੋਲਡਨ ਗੇਟ ਦੂਜੇ ਟੈਂਪੂ ਵਾਲਾ ਕੰਮ ਵੀ ਅੰਮ੍ਰਿਤਸਰ ਸ਼ੁਰੂ ਹੋਇਆ ਸਾਡੇ ਬੈਗ ਦਾ ਬਿਜਲੀ ਘਰ ਬਣਾਈ ਫਿਰਦੇ ਬੰਦੇ ਪਹੁੰਚ ਗਈ ਯਾਰ ਹੋਣੀ ਏਜੰਸੀ। ਇਹ ਵੇਖੋ ਹੁਣ ਕਿੰਨਾ ਕੁ ਟਾਈਮ ਲੱਗਦਾ, ਗੱਡੀਆਂ ਅੱਜ ਦੋ ਸਾਡੇ ਕੋਲ, ਅਸੀਂ ਉਹ ਵੀ ਸਰਸ ਤੇ ਲਾ ਯਾਰ ਮਨਾਲੀ ਵੀ, ਇੱਥੇ ਸਾਡਾ ਨੰਬਰ ਲੱਗਾ ਚੌਥਾ, ਚੌਥਾ ਨੰਬਰ ਨਾ ਆਪਣਾ ਮੇਰੇ ਸਾਹਿਬ ਤੀਜਾ ਕਿ ਚੌਥਾ ਚੌਥਾ ਨੰਬਰ ਮੇਰੇ ਸਾਹਿਬ ਨਾਲ, ਤਾਂ ਟਾਈਮ ਹੋ ਗਿਆ ਜੀ ਮਿੱਤਰੋ 11 ਵਜਣ ਵਾਲੀ ਜੀ ਪੂਰੇ 11 ਅਤੇ ਬੰਦੇ ਅਸੀਂ ਸੱਦ ਲਿਆ ਇੱਥੇ ਇੱਕ ਤੋਂ, ਅਤੇ ਬਾਈ ਲੈ ਕੇ ਜਾਓ ਸਾਨੂੰ ਬਾਦਸ਼ਾਹੀ ਕਰਾਓ ਤੁਸੀਂ, ਤੁਹਾਡੇ ਸ਼ਹਿਰ ਆਏ ਅਸੀਂ ਹੈਂ, ਤੁਹਾਨੂੰ ਬਾਦਸ਼ਾਹ ਨੂੰ ਬੁਲਾ ਲਿਆ ਮੈਂ। ਕੀ ਲੱਭਦਾ ਤੂੰ ਓਏ ਦੱਸਦਾ ਨਹੀਂ, ਕਿਉਂ ਘੱਟ ਆਈ ਜਾਂਦਾ ਗੁਰੂਆ ਦੱਸਦਾ ਨਹੀਂ, ਕਿਸੇ ਨੇ ਘਰ ਪਾਇਆ ਤਾਂ ਢਾਈ ਜਾਂਦਾ ਹੈਂ। ਲੈ ਵੀ ਰਾਣੀ ਸੁੰਦਰਾ ਦੀ ਸਰਸ ਹੋ ਜੂਗੀ, ਆਹ ਬਾਈ ਹੁਣ ਚੱਕਦੀ ਤਾਂ ਦੀ ਤਾਂ ਹੈਂ, ਜਾਣ ਓਕੇ ਰਿਪੋਰਟ ਕਰਾ ਦੇ ਇੱਕ ਵਾਰ, ਬਹਿ ਜਾ ਹੋ ਜੇ ਇੱਕ ਵਾਰ ਬਾਲ ਲੈ ਕੇ ਗੱਡੀ ਸਰਸ 'ਤੇ ਆਈ ਆ ਹੈਂ, ਧਿਆਨ ਨਾ ਮੰਨੇ ਉਹਦਾ ਤੇਰਾ ਮੂੰਹ ਕਾਲਾ ਹੋ ਜਾਣਾ, ਹੋ ਜਾਏ ਲੱਸੇ ਫੜੇ ਤੂੰ ਦੱਸਦਾ ਨਹੀਂ ਆ ਜਾ ਬਾਹਰ ਭਾਈ, ਉੱਥੇ ਰਾਮ ਭਲਾ ਜੇ ਇੱਥੇ ਰਾ, ਓਏ ਹੋਏ 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 ਨਿਰੇ ਨੋਟ, ਨਿਰੇ ਨੋਟ ਹੀ ਪਾਈ ਫਿਰਦਾ ਗੁਰੂਆ ਦੱਸਦਾ ਨਹੀਂ ਰਾਹ ਤੇ ਨਾਨੂੰ ਪਾ ਤੂੰ ਸਸਤੇ ਸਾਰ ਗਿਆ ਨਾ, ਆਹ ਫੜਾਤਾ ਮੈਨੂੰ ਕੀ ਮਖਾਣੇ, ਏਦਾਂ ਨਹੀਂ ਸਰਨਾ ਜੇ ਕੋਈ ਚਾਹੀਦੀ ਚੀਜ਼ ਖਵਾਏਗਾ ਨਾ ਫਿਰ ਅਸੀਂ ਤੇਰੇ ਨਾਲ ਆ। ਮੈਂ ਕਿਹਾ ਬਾਸ਼ੀ ਅੱਜ ਵੈਲਕਮ ਫੁੱਲ, ਉਹ ਮੈਨੂੰ ਇੱਕ ਚੀਜ਼ ਦੇਖਣ ਲਈ ਪਤਾ ਬੰਦੇ ਫੁੱਲ ਕਿੱਥੇ ਹੈ, ਫਿਰ ਤੂੰ ਕਹਿਣਾ ਗੱਲਾਂ ਹੋਈਆਂ ਕਰਦਾ ਫਰਾਵਾ ਪਰਫਿਊਮ ਹੈਗਾ ਮਾਰ ਕੇ ਬਾਹਰ, ਓਏ ਮੈਨੂੰ ਉਹ ਲੱਗਣਾ ਮੈਂ ਸੋਨੇ ਦੇ ਬਿਸਕੁਟ ਕਿਤੇ ਸੌਣ ਲੱਗੇ ਗੁਰੂਆ, ਮੈਂ ਇੰਨਾ ਕੁੜੀਆ ਤਗੜਾ ਲੈਵਲ ਕਿੱਦਾਂ ਬਣ ਗਿਆ ਭੈਣ ਚੋ ਹੈ, ਉਹ ਕਿਸ਼ਤ ਆਪਾਂ ਮਹਾਂ ਤਾਰਨੇ ਗੱਡੀਆਂ ਦੀਆਂ ਕੁੜੀਆ ਬਿਸਕੁਟ ਦੇ ਇੱਥੇ ਲੱਗ ਚਾਲਿਆ ਦੇਣਾ ਪੈਣ ਡਿਆ ਹੁੰਡੀ ਫਸ ਗਈ ਕੋਈ ਨਾ ਬਾਦਸ਼ਾਹ
ਮੈਨੂੰ ਕਮੈਂਟ ਆਉਣ ਡੇ ਕਹਿੰਦੇ ਸਪੋਰਟਸ ਕਾਰ ਲਿਓ ਜੀ, ਹਨਾ ਸਪੋਰਟਸ ਕਾਰ ਆਪਣੇ ਥੱਲੇ ਆ, ਕੀ ਕਰਾਂਗੇ ਸਾਡੇ ਸੱਜਣ ਕੋਲ ਹੈਗੀ ਆ, ਆਪਾਂ ਨਵੀਂ ਲੈ ਕੀ ਕਰਾਂਗੇ, ਕਾਹਤੋਂ ਪੈਸੇ ਖਰਾਬ ਕਰਨੇ, ਉਹ ਲੱਗੀ ਸਪੋਰਟਸ ਕਾਰ ਇੱਕ ਆ ਕਿਸ਼ਤ ਤੇ ਅੱਗੇ ਨੂੰ ਦੂਜੇ ਗੱਡੀ ਤਰਨ ਦੀ ਹੈ, ਆ ਆ ਗਈ ਸਪੋਰਟਸ ਕਾਰ, ਦੱਸਦੇ ਨਹੀਂ ਨਹੀਂ ਜਿੱਚ ਬੈਠੇ ਮੜੀ ਆ ਹੈ, ਛੱਡ ਪਰਾਂ ਤੂੰ ਕਿਹੜੇ ਡਾਈਟ ਡੇਟ ਦੇ ਚੱਕਰਾਂ ਆ, ਬਟੂਰੇ ਖਾ ਤੇ ਆਪਣਾ ਪੇਟ, ਨਹੀਂ ਖਾਓ ਬਟੂਰੇ, ਮੈਂ ਤੈਨੂੰ ਕਹਿਣ ਡਿਆ ਵਾਂ ਤੁਸੀਂ ਖਾਓ, ਮੈਂ ਤੁਹਾਨੂੰ ਨਾ ਕੀਤੀ ਆ, ਮੈਂ ਤੇ ਵੀਰ ਖਾਣਾ ਡਾਈਟ ਵਾਲਾ ਮੀਲ ਖਾਣੀ, ਮੈਂ ਤੁਸੀਂ ਜੋ ਮਰਜ਼ੀ ਖਾਓ ਤੁਹਾਨੂੰ ਨਾ ਥੋੜੀ ਆ, ਦੱਸ ਦੇਣੀ ਪਕੌੜੇ ਖਾਈਏ ਸ਼ਾਇਦ, ਮੈਂ ਨਾ ਜੋ ਮਰਜ਼ੀ ਖਾਓ ਤੁਸੀਂ ਆ, ਤੈਨੂੰ ਬੰਦੇ ਦਿੱਤੇ ਨਾਲ ਵੀ ਤਿੰਨ, ਜੋ ਮਰਜ਼ੀ ਉਹਨਾਂ ਨੂੰ ਖਵਾ ਤੇ ਜੋ ਮਰਜ਼ੀ ਤੁਸੀਂ ਖਾਓ, ਆਪਾਂ ਨੂੰ ਬਸ ਡਾਈਟ ਚੀਜ਼ ਖਵਾ ਦੋ, ਕੋਈ ਮੁੱਕ ਦੀ ਗੱਲ ਇਹ ਹੈ, ਬਾ ਕਰ ਮੱਠੀ ਛੋਲੇ ਖਵਾ ਦਈਏ ਮਖਾਣੇ ਮਾਮਾ, ਉਹਦੇ ਦਾੜਾ ਦੁੜਾ ਚ ਰਹਿ ਗਿਆ ਤੂੰ, ਮੈਂ ਉਹ ਨਹੀਂ ਸਟਾਰਟਰ ਸਟਾਰਟਰ ਮੇਰਾ ਉਹ ਹੈ, ਉਹ ਵੀ ਸਟਾਰਟਰ ਚੰਗਾ ਨਹੀਂ, ਉਹ ਸਾਲੇ ਵੇਖਣ ਨੂੰ ਕਿੰਨੇ ਲੱਗਦੇ ਉਹ ਪਤਾ ਨਹੀਂ ਲੱਗਦਾ ਚੱਲ ਗਏ, ਸਟਾਰਟਰ ਮੀਂਹ ਪੈ ਜਾਂਦਾ, ਹੁਣ ਕਿਹੜੇ ਰੋਡ ਤੇ ਲੈ, ਇਹ ਰੋਡ ਤੇ ਮੈਂ ਲਗਾਤਾਰ 16, 17, 18 ਤੇ 19 ਚਾਰ ਸਾਲ ਇਸੇ ਰੋਡਾ ਰਿਹਾ ਮੈਂ, ਡੂੜੀ ਕਾਹਦਾ ਨਾ ਸੀ, ਚਿੱਠੀਆਂ ਲੈ ਕੇ ਜਾਣੀਆਂ ਐਠਾਣੇ ਐਠਾਣੇ, ਇੱਧਰੋਂ ਇੱਧਰ ਇੱਧਰੋਂ ਇੱਧਰ, ਹੁਣ ਸਾਰੀ ਰੀਲ ਘੁਮਾਤੀ ਮੈਨੂੰ, ਉਸੇ ਉਸੇ ਰੋਡ ਤੇ ਲੈ ਕੇ ਜਾਣ ਡਿਆ, ਚਿੱਠੀਆਂ ਵੱਢ ਕੇ ਸੋ ਜਾਂਦਾ ਰਿਹਾ, ਮੁੜ ਕੇ ਸੋ ਜਾਂਦਾ ਰਿਹਾ, ਡੂੜੀ ਪ੍ਰੋਪਰ ਡੂੜੀ ਕਰਦਾ ਰਿਹਾ ਮੈਂ, ਉਹ ਗੁੜੀਆ ਗੁੱਜੇ ਪੇ ਰੱਖ ਦਿੰਦਾ, ਸੋਹਣਾ ਮਿਲਦਾ ਉਹਦੇ ਕਿੱਦਾਂ ਚੱਲਦਾ ਕੰਮ, ਮੰਜਾ ਡਾਇਆ ਹੁੰਦਾ ਹਲੇ, ਹੋਰ ਕੀ ਡਾਇਆ, ਗੇਟ ਦੇ ਗਾੜੀ ਹੁੰਦਾ ਸੀ, ਨਹੀਂ ਗੱਲ ਫਿਰ ਰਾਖੀ ਨਾਲ ਕਰੀਦੀ ਭਾਈ, ਸੰਤਰੀ ਪਹਿਰਾ ਕਰੀਦਾ, ਦੋ ਜਣੇ ਦੇਖ ਕਿਹੜਾ ਸੋਈਦਾ ਹੁੰਦਾ ਯਾਰ, ਹੈ ਨਾ ਤਿੰਨ ਘੰਟੇ ਵੱਢੇ ਹੁੰਦੇ ਸੀ, ਇੱਦਾਂ ਚੱਲਦਾ ਕੰਮ, ਮੰਦੇ ਨੂੰ ਇੱਦਾਂ ਨਾ ਕਿਆ ਕਰ, ਗੁੱਸਾ ਕਰਦਾ ਉਹ ਛੋਲੇ ਚੂਰੀ ਜੋ ਮਰਜ਼ੀ ਖਵਾ ਦੇ, ਕੋਈ ਚੱਕਰ ਨੀ, ਤੇਰੇ ਹਿਸਾਬ ਆ, ਬਸ ਮਿਹਨਤ ਲਾ ਲੈਂਦੇ ਠੋਕ ਕੇ, ਆਹੋ ਤੈਨੂੰ ਮਾਮਾ ਬਹੁਤ ਗੱਲ, ਐਪਸ ਖਰਾਬ ਹੋਣੇ, ਜੇ ਤੂੰ ਅੱਜ ਕੋਈ ਚੀਟ ਮੀਲ ਕਿਹੋ ਜਿਹਾ ਕਰ ਲਿਆ ਹੈ, ਦੱਸਦਾ ਨੀ, ਗੱਲ ਮੰਨ ਕੇ ਤੂੰ ਦੱਸ, ਸਤਾ ਦੇ ਜਿਹੜਾ ਉਤਵ ਕੀ ਕਹਿੰਦੇ ਉਹਨੂੰ, ਗੁਰੂਤਵਾਕਰਸ਼ਣ, ਮੈਨੂੰ ਨਹੀਂ ਪਤਾ ਤੁਹਾਡੇ, ਗ੍ਰੈਵਿਟੀ, ਗ੍ਰੈਵਿਟੀ ਕੀ ਉਹਨੂੰ, ਮੰਨਾ ਮੈਨਾਂ ਥੋੜੀ ਕਹਿ ਸਕਦਾ, ਜਾਣ ਇਹਨੂੰ ਕਰੰਟ ਆ ਪਏਗਾ, ਉਹ ਬਈ ਮੈਂ ਇਹਨੇ ਜਾ ਕੇ ਵੇਖਦਾ, ਮੰਨੇ ਖੜੀ ਆ ਪਿੰਡ ਆ, ਕਰੰਟ ਬੜਾ ਆਪਣੇ ਦੇ ਪਿੰਡ ਆ, ਜੇ ਕਰੀ ਕਰੰਟ ਤੇ ਜਾਣ ਤੂੰ ਇੱਥੇ ਆ ਵਾ, ਇਹ ਨਾ ਭੁੱਲ, ਇਹ ਸਾਡਾ ਇਲਾਕਾ ਵਾ, ਕੋਈ ਇਲਾਕਾ ਲੁੱਕ ਨਹੀਂ ਤੇਰਾ, ਮੈਂ ਦੱਸਾਂ ਛੂਟਾਂ ਨਹੀਂ ਆਉਣ ਨਾ ਬਾਜੋ, ਚੇਤਾ ਕਰਾਵਾਂ ਥੋੜੇ ਦਿਨਾਂ ਪਹਿਲਾਂ ਦੀ ਗੱਲ, ਰਜੀਤ ਵੀ ਨਹੀਂ ਉਹਦੀ, ਉਹ ਮੰਨਾ ਵੀ ਤੇਰੇ ਨਾਲ ਹੀ, ਉਦਣ ਦੋਵੇਂ ਜਣੇ ਗਏ ਤੇ ਗੋਲੀ ਨੂੰ, ਮੇਰੀ ਜਾਣ ਲੱਗ ਹੀ, ਸਟ੍ਰੋ ਫੜਾਈ, ਸਟ੍ਰੋ ਪੈਪ ਹੀ ਫੜਾਈ,
ਲੈ ਵੀ ਕੰਮ ਡੈਡੀ ਟੂ ਡੈਡੀ ਹੋਇਆ ਪਿਆ ਜੇ ਬੁੱਟ ਤਾਂ ਚਾਹ ਹੀ ਕਰ ਗਿਆ ਮੰਨਾ ਹੈ ਦੱਸਦਾ ਨੀ ਚੰਗਾ ਵੇ ਚਾਚਾ ਕਵੇ ਕਿ ਮੈਂ ਚੱਲਿਆ ਈ ਰਿਸ਼ਕਾ ਕਰਾ ਕੇ ਦੇਵੇ ਇਹਨੂੰ ਕਿਕਣੀ ਜੇ ਵੱਜਣੀ ਇਹਦੇ ਕੋ ਜਾਓ ਇਹ ਵੇਖ ਲੈਨੇ ਨਹੀਂ ਵੱਜਣੀ ਅੱਛਾ ਪੁਰਾਣੇ ਮਾਡਲ ਵਾਲਾ ਲੱਗ ਜੂ ਪਤਾ ਮੈਂ ਕਿਹਾ ਨਹੀਂ ਵੱਜਣੀ ਇਹ ਚਾਚੇ ਕੋਈ ਵੱਜਦੀ ਜੇ ਨਾ ਸਟਾਰਟ ਹੋਇਆ ਮਾੜੀ ਗੱਲ ਆ ਨਨੂ ਵੱਲੋਂ ਪਾਰਟੀ ਅੱਜ ਨਨੂ ਵੱਲੋਂ ਨਹੀਂ ਅੱਜ ਭਾਰਤ ਇੱਥੇ ਪਾਉਣਾ ਕਿੱਦਾਂ ਵਰਨ ਡਿਆ ਰਾਤੀ ਤੇਰਾ ਲਾਮਾ ਆਇਆ ਤੇਰਾ ਬੈਲਟਾਂ ਬਾਜ ਗੱਡੀ 'ਚ ਰਹਿ ਗਈਆਂ ਵਾ ਹੈਂ ਉਹ ਇਹਦੀ ਗੱਡੀ 'ਚ ਪਈ ਆ ਤੇ ਮੈਂ ਤੂੰ ਲੱਭ ਗਿਆ ਸਾਨੂੰ ਜਿਹੜੇ ਤੇਰੇ ਲੱਛਣ ਦੀ ਵੀਡੀਓ ਮੈਨੂੰ ਵਿਖਾਈ ਤੂੰ ਲੱਭਣਾ ਹੀ ਨਹੀਂ ਸਾਨੂੰ ਦੱਸਦਾ ਨਹੀਂ ਲੈ ਵੀ ਚੀਟ ਮੀਲ ਚੱਲ ਪਏ ਅੱਜ ਲੈ ਵੀ ਬੰਦੇ ਨਹੀਂ ਹੁੰਦੇ ਨਾ ਕੰਮ ਖਰਾਬ ਵੀ ਨਾ ਕਿੰਨਾ ਤੀਲੇ ਇਹਦੇ ਵਿੱਚ ਆ ਕੀ ਇਹਨਾਂ ਨੂੰ ਮੰਗਾਇਆ ਕੀ ਆ ਤੂੰ ਬੈਗ ਬੂਜ ਨੀ ਜਰ ਜੀ ਆ ਵਿਖਾਈਏ ਕਰਾ ਨੂੰ ਜਲਵਾ ਵਿਖਾਈਏ ਫਿਰ ਕਰਾ ਮੰਨੇ ਹੋ ਜਾਓ ਸਦੇ ਤੁਹਾਨੂੰ ਠੀਕ ਆ ਚਾਚੇ ਨੇ ਛੇੜੀ ਪਾਈ ਹੁਣ ਚਾਚਾ ਦਊ ਬਿੱਲ ਚਾਚਾ ਪਰ ਹਾਮੀ ਮਾੜੀ ਜੇ ਕਰਾਂ ਪਰ ਹਾਮੀ ਪਾਣੀ ਦੇ ਬੋਲਾਂ ਚਾਰ ਚਰ ਗਈਆਂ ਮੈਨੂੰ ਫਿਰ ਕਹੀ ਅੱਛਾ ਫੇਰ ਠੀਕ ਆ ਮਿੱਤਰਾਂ ਰੋਟੀ ਪਾਣੀ ਲੇੜ ਕੇ ਕਹਿੰਦੇ ਬੰਦੇ ਕੌਫੀ ਪੀਣੀ ਆ ਕੌਫੀ ਪੀ ਜਾਂਦੇ ਹੋਏ ਕਿਆ ਬਾਤ ਹੈ ਕੌਫੀ ਨਹੀਂ ਸਾਰਨ ਦੀ ਇੱਕ ਖਾਲੀ ਕੱਪ ਦੇ ਦੀ ਮਾੜੀ ਠੀਕ ਬੈਠਾ ਰਹਿ ਫਿਰ ਮਜ਼ੇ ਨਾਲ ਫਨ ਕਰ ਕਦੋਂ ਕਲ ਭੰਨਿਆ ਇਹਨੂੰ ਥੋੜ੍ਹੀ ਘੁੱਟ ਪੈਦਾ ਗਿਣ ਦੇ ਥੋੜ੍ਹੀ ਘੁੱਟ ਪੈਦਾ ਗਿਣ ਦੇ ਅਸੀਂ ਨੂੰ ਮੈਂ ਤਾਂ ਪਹਿਲੀ ਜ਼ਿੰਦਗੀ 'ਚ ਮੈਂ ਬਾਸ਼ੀ ਕਹਿੰਦਾ ਕੋਈ ਬਿੱਲ ਦੇਣ ਡਿਆ ਯਾਰ ਉਹਨੇ ਸੱਚੀ ਉਹਨੇ ਸੱਚੀ ਇੱਕ ਮੰਗਾ ਤੀ ਇਹਦੇ ਚਾਚੀ ਦੀਆਂ ਗੱਲਾਂ ਅੜ ਗਈਆਂ ਕੀ ਗੱਲ ਹੋਈ ਆ ਬੋਲੋ ਅੜ ਗਿਆ ਚਾ ਖਾਲੀ ਕੱਪ ਵੀ ਸੌ ਦਾ ਉਹਦਾ ਚਾਚਾ ਨਹੀਂ ਪਰ ਚਾਚਾ ਦੇ ਕੇ ਮੈਂ ਬਿੱਲ ਬਿੱਲ ਦਿੱਤਾ ਜਾਂਦਾ ਕਦੇ ਨੰਨੂ ਵੇਖ ਲਾ ਮੈਂ ਗੱਲ ਕਹਿੰਦਾ ਵਾ ਅੱਜ ਦੇ ਟਾਈਮ ਦੇ ਵਿੱਚ ਇੱਕ ਦਿਨ ਦੀ ਇਨਕਮ ਸਭ ਤੋਂ ਜ਼ਿਆਦਾ ਇਸ ਬੰਦੇ ਦੀ ਆ ਸ਼ਹਿਰ ਦੇ ਜਿਹਦੀ ਮੱਛੀ ਦੀ ਦੁਕਾਨ ਹੋਵੇ ਤੂੰ ਇਨਕਮ ਨਾ ਹੋਵੇ
ਉਹ ਵੀ ਚੱਲਦੀ ਹੋਵੇ ਉਹ ਚੱਲ ਉਹ ਗੱਲ ਵੱਖਰੀ ਆ ਹਾਂ ਉਹ ਵੀ ਗਰਮੀ ਚ ਵਿਕਣ ਡੀਆਂ ਮੱਛੀਆਂ ਤੁਸੀਂ ਅੱਜ ਤੱਕ ਚਾਲ ਚ ਨੀ ਵੇਖਦੀ ਮੇਰੀ ਗੱਲ ਸਹੀ ਅੱਜ ਤੱਕ ਕਿਸੇ ਦਾ ਵੇਖਿਆ ਆਪਣੀ ਸਰਕਲ ਚ ਕਿਸੇ ਦਾ ਵੀ ਨੀ ਮੱਛੀ ਦਾ ਕੰਮ ਹੋਊਗਾ ਇਹਦੇ ਕੱਲੇ ਦਾ ਇਹਦਾ ਕੱਲੇ ਦਾ ਚੱਲਣ ਨੀ ਡਿਆ ਫੁੱਲ ਬਲੈਕ ਕਿੰਨੀ ਹੁੰਦੀ ਮੱਛੀ ਦੇ ਕੰਮ ਚ ਸਹੀ ਗੱਲ ਯਾਰ ਵੇਖ ਤੂੰ ਮੇਰੀ ਮੱਛੀਆਂ ਨਾ ਬਣਾ ਦੇ ਨਾਲੇ ਕੱਲੀ ਮੱਛੀ ਤੋਂ ਇੰਨੀ ਕਮਾਈ ਨੀ 1.5 ਲੱਖ ਰੁਪਏ ਹੋਣੇ ਕਿੱਥੋਂ ਫੜ ਕੇ ਲਿਆ ਪੁੱਛ ਨੂੰ ਤੇ ਗਿਆ ਨਾ ਬੁਲਟ ਤੇ ਪੁੱਛ ਨੂੰ ਇਹ ਕੈਸ਼ ਲੈ ਗਿਆ 1.5 ਲੱਖ ਰੁਪਇਆ ਨਹੀਂ ਚਾਚਾ ਜਿੱਦਾਂ ਤੈਨੂੰ ਇਨਕਮ ਆਉਂਦੀ ਟਰਨਾ ਭਰਦਾ ਉਹਨੂੰ ਅਮਰ ਲਿਖਿਆ ਅਮਰ ਫਿਸ਼ ਅਸੀਂ ਵੇਖ ਕੇ ਆਏ ਇਨਕਮ ਟੈਕਸ ਬਹਾਲਿਆ ਨਾ ਟੇਬਲ ਤੇ ਫੋਨ ਦਾ ਸਾਈਡ ਰੱਖ ਲੈਣੇ ਤੇਰੇ ਗੱਲ ਹੈਗੀ ਆਪਣੇ ਨਾਲ ਨੀ ਫੜਾ ਤੇ ਆਪਾਂ ਰੋਟੀ ਖਾਣ ਬੈਠੇ ਆ ਤੇ ਬੁੱਢ ਤੇ ਪਤਾ ਕਿੱਧਰ ਗਿਆ ਤੇ ਆਉਣ ਦੇ ਨੂੰ ਪੈਸੇ ਖਾਉਣ ਦੇ 1.5 ਲੱਖ ਲੈ ਗਏ ਆਪਣੇ ਕਿੱਥੋਂ ਆ ਗਏ ਮਿੰਟ ਚ ਹੀ ਭੇਜ ਦਿੱਤੇ ਗੜੀ ਚਾਚੇ ਨੇ ਕਿਉਂਕਿ ਬੰਦੇ ਨੇ ਬਸ ਵਿਖਾ ਵੇਲੀ ਨੀ ਕਿਹਾ ਮੇਰੀ ਦੁਕਾਨ ਹੈ ਮੱਛੀ ਵਾਲੀ ਕੰਮ ਤੇ ਹੋਰ ਚੱਲਣ ਡਿਆ ਦੱਸਣਾ ਕਿ ਰਾਤ ਦੀਆਂ ਬੈਲਟਾਂ ਖੁੱਲੀਆਂ ਪਈਆਂ ਹੁਣ ਲਾਉਣ ਡਿਆ ਵਾ ਦੱਸ ਦੇਣੀ ਆ ਝੋਨੇ ਸੀ ਤੁਹਾਡੇ ਕੋਲ ਹੀ ਆ ਕੱਦੂ ਵਾਲੇ ਵਲੋਗਾਂ ਦਾ ਟੈਨਸ਼ਨ ਨਾ ਲੈ ਉੱਥੇ ਲਟਾਉਣਾ ਚਾਹੇ ਤੈਨੂੰ ਉਧਰ ਲੈ ਉਹ ਬੈਲਟ ਲਾਲਾ ਭਰਾਵਾ ਚੇਤਾ ਭੁੱਲ ਗਿਆ ਤੈਨੂੰ ਫੋਨ ਆ ਗਿਆ ਪੈਸੇ ਵਾਲਾ ਫੋਨ ਆ ਗਿਆ ਪੱਕਾ ਪੱਕਾ ਪੈਸੇ ਵਾਲਾ ਫੋਨ ਆ ਗਿਆ ਕਿਸੇ ਕੋਲ ਪੈਸੇ ਪੂਏ ਲੈਣੇ ਹੋਣੇ ਪੱਕਾ ਉਧਰ ਹੈਲਾ ਹੈ ਰਾਣੀ ਸੁੰਦਰਾ ਦੀ ਸਰਸ ਹੋ ਗਈ ਜੀ ਓਕੇ ਰਿਪੋਰਟ ਜਮਾਂ ਕਾਹਨੂੰ ਗੱਲਾਂ ਕਰਾਤੀਆਂ ਬੰਦਿਆਂ ਨੇ ਗੁਰੂਆ ਜਮਾਂ ਓਕੇ ਰਿਪੋਰਟ ਮਿੱਤਰਾ ਸਰਸ ਹੋ ਗਈ ਜੀ ਓਕੇ ਰਿਪੋਰਟ ਜਿਹੜੇ ਸਹਾੜਾ ਮੈਨੂੰ ਕੱਲ੍ਹ ਲੱਗਦਾ ਸੀ ਨਾ ਗੱਡੀ ਸਰਸ ਨਹੀਂ ਹੋਣੀ ਤੇ ਕੰਮ ਖਰਾਬ ਏਜੰਸੀ ਵੱਲੋਂ ਓਨਾ ਵਧੀਆ ਕੰਮ ਹੋਇਆ ਯਾਰ ਮਨਾਂ 'ਚ ਹਨਾ ਪਰ ਨਹੀਂ ਨਾ ਬੰਦਿਆਂ ਨੇ ਗੁਰੂਆ ਸਾਰਾ ਸਟਾਫ ਹੀ ਮਿੱਤਰੋ ਮਤਲਬ ਕਿ ਨਾ ਅਸੀਂ ਪਹਿਲਾਂ ਵੀ ਸਰਸ ਕਰਾਉਂਦੇ ਰਹੇ ਹਾਂ ਚਲੋ ਜਿਹੜੀ ਗੱਲ ਸੱਚੀ ਜਾਂਦੀ ਉਹ ਕਰਨੀ ਚਾਹੀਦੀ ਪਰ ਇਹਨਾਂ ਬੰਦਿਆਂ ਨੇ ਇੰਨੀ ਕੁ ਵਧੀਆ ਸਰਵਿਸ ਪ੍ਰੋਵਾਈਡ ਕਰਵਾਈ ਹੈ ਨਾ ਕਿ ਚੰਗੀ ਤਰ੍ਹਾਂ ਤਸੱਲੀ ਕਰਵਾ ਕੇ ਕਿ ਬਈ ਤੁਹਾਡੇ ਮਨ 'ਚ ਕੋਈ ਸ਼ੰਕਾ ਕੋਈ ਤੁਹਾਨੂੰ ਲੱਗਦੀ ਕਮੀ ਪੇਸ਼ੀ ਦੱਸੋ ਸਾਨੂੰ ਵਾਸ਼ਿੰਗ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਮਤਲਬ ਕਿ ਵਾਸ਼ਿੰਗ ਤੱਕ ਵੀ ਜਦੋਂ ਅਸੀਂ ਲਾਗੇ ਗਏ ਹਾਂ ਕਹਿੰਦੇ ਬਾਈ ਦੱਸੋ ਕੋਈ ਕਮੀ ਪੇਸ਼ੀ ਹੈਗੀ ਹੈ ਇੱਕ ਚੀਜ਼ ਹੋਰ ਸਟਾਫ ਸਾਰਾ ਹੀ ਵਧੀਆ ਹਿਰਮਾ ਸਾਰਾ ਸਟਾਫ ਹੀ ਬੜਾ ਵਧੀਆ ਮਤਲਬ ਕਿ ਮੈਂ ਬਥੇਰੀ ਏਜੰਸੀਆਂ ਗਿਆ ਪਰ ਮੈਂ ਇਹੋ ਜਿਹੇ ਬੰਦੇ ਇਹੋ ਜਿਹਾ ਸਟਾਫ ਨਹੀਂ ਕਦੀ ਵੇਖਿਆ ਅਤੇ ਬਾਕੀ ਜਿੱਦਾਂ ਆਪਾਂ ਗੱਡੀਆਂ ਕੋਲ ਚਲ ਜਾਂਦੇ ਹਾਂ
ਆਪਾਂ ਐਮਰਜੈਂਸੀਆਂ ਦੇ ਵਿੱਚੋਂ ਕਹਿਣ ਦਿੰਦੇ ਭਾਅ ਜੀ ਉੱਪਰ ਬੈਠੋ ਉੱਪਰ ਬਹਿ ਜਾਓ ਉੱਪਰ ਬਹਿ ਜਾਓ, ਇੱਦਾਂ ਦੀ ਕੋਈ ਗੱਲ ਨਹੀਂ, ਮਜ਼ੇ ਨਾਲ ਦਸ ਦਸ 15 ਮਿੰਟ ਲਾ ਕੇ ਖਲੋ ਕੇ ਲਾਗੇ ਇੱਕ ਸਾਲ ਦਾ ਲਾਗੇ ਖਲੋ ਕੇ ਕੰਮ ਕਰਾਇਆ, ਨਾ ਵੀ ਖਲੋਂਦੇ ਪਰ ਉਹ ਬੰਦੇ ਨੇ ਕੰਮ ਬਹੁਤ ਜ਼ਿਆਦਾ ਸੋਹਣਾ ਕੀਤਾ। ਜਮਾ ਓਕੇ ਰਿਪੋਰਟ ਲੈ ਵੀ ਮਿੱਤਰਾ ਪਹੁੰਚ ਗਈ ਜਾ ਆਪਣੀ ਘਰੇ ਦੇ ਰਾਣੀ ਸੁੰਦਰਾ ਦਾ ਕੰਮ ਹੋ ਗਿਆ ਜੀ, ਇਹ ਓਕੇ ਰਿਪੋਰਟ ਜਮਾ ਹੀ ਇੰਸ਼ੋਰੈਂਸ ਵੀ ਆਪਣੀ ਸਿਰੇ ਪੋਲਿਸੀ ਆਪਾਂ ਨੂੰ ਮਿਲ ਜਾਣੀ ਆ, ਅਤੇ ਸਰਸਲਾ ਵੀ ਕੰਮ ਓਕੇ ਰਿਪੋਰਟ ਹੋ ਗਿਆ ਜੀ। ਇੱਕ ਦੋ ਚੀਜ਼ਾਂ ਦੀਆਂ ਪੈਨ ਵਾਲੀਆਂ ਸੀ ਉਹ ਆਪਾਂ ਔਡਰ ਕਰਤੀਆਂ, ਉਹ ਵੀ ਆਪਾਂ ਨੂੰ 2-5 ਦਿਨਾਂ ਤੱਕ ਮਿਲ ਜਾਣਗੀਆਂ। ਖੋਲੋ ਭਾਈ ਗੇਟ, ਜਿੰਮ ਵੀ ਇਸੇ 'ਤੇ ਜਾਣਾ, ਇੱਥੇ ਜਾਂਦੇ ਹਾਂ ਬਸ ਠੀਕ ਹੈ। ਚੱਲ ਅੰਦਰ ਤੋਂ ਲਾਈਏ ਕੁਝ ਖਾਈਏ, ਭੁੱਖ ਲੱਗੀ ਆ। ਮੈਂ ਵੀ ਡਾਇਟ 'ਤੇ ਹਾਂ, ਸ਼ਹਿਰੋਂ ਖਾ ਤਾਂ ਲਈਦਾ ਪਰ ਅਸੀਂ ਤੰਗ ਬੜੇ ਹੁਣ ਨਹੀਂ ਅੱਜ। ਜਦੋਂ ਬੰਦਾ ਡਾਇਟ 'ਤੇ ਹੋਵੇ ਨਾ ਫਿਰ ਬਾਹਰ ਦੀ ਕੋਈ ਚੀਜ਼ ਖਾਣ ਨੂੰ ਜੀ ਨਹੀਂ ਕਰਦਾ, ਜੇ ਖਾਣੀ ਪੈ ਜਾਵੇ ਫਿਰ ਬਾਅਦ 'ਚ ਤੰਗ ਹੋਈਦਾ, ਤਾਂ ਅੱਜ ਅਸੀਂ ਸਾਰੇ ਬੰਦੇ ਤੰਗ ਹੋਣ ਡੇ ਹਾਂ। ਖਾ ਤਾਂ ਲਿਆ ਅਸੀਂ ਪਰ ਜਿਹੜੀ ਹੁਣ ਸਾਨੂੰ ਸਕੂਨ ਮਿਲਣਾ ਨਾ ਘਰ ਦੀ ਰੋਟੀ ਖਾ ਕੇ ਘਰੋਂ ਖਾ ਪੀ ਕੇ, ਅਤੇ ਉਹ ਉੱਥੇ ਨਹੀਂ ਜੇ ਮਜ਼ਾ ਆਇਆ। ਚੱਲ ਵੇ ਭਾਈ ਪਤਾ ਹੁਣ ਖੁੱਲ੍ਹੇ ਹੀ ਫਿਰਦੇ ਹੈ, ਸਰਪੰਚ ਆ ਗਿਆ ਬੜੀ ਛੇਤੀ ਹੈ। ਰਾਖੀ ਦੀ ਰਾਤ ਦੇ ਦੋ ਭੁੱਖੇ ਮਰਨਗੇ ਫਿਰ ਲੈ ਵੀ ਮੇਤਰਾ ਮੇਸੀ ਹੋਣੀ ਰਹਿਣਗੇ ਭੁੱਖੇ ਲੱਗਦਾ ਮੈਨੂੰ, ਹੈ ਨਾ ਜੀ ਭੁੱਖੇ ਨੇ ਮੇਸੀ ਹੋਣੀ ਰੋਟੀਆਂ ਰੋਟੀਆਂ ਪੱਕੀਆਂ ਨੇ ਮੇਸੀ ਹੋਣਾਂ ਦੀਆਂ ਸ਼ਹਿਰ ਵਾਲੀ ਤੇ ਪਜਣ ਨਹੀਂ ਡੀ, ਸ਼ਹਿਰ ਰੋਟੀ ਖਾ ਬੈਠੇ ਉਹ ਸਾੜ ਪਾਉਣ ਡੀ ਸਬਜ਼ੀਆਂ ਚ ਮਸਾਲਾ, ਬੜਾ ਬਹੁਤ ਜ਼ਿਆਦਾ ਮਸਾਲਾ, ਬੜਾ ਤੰਗ ਹੁੰਦਾ। ਹਾਂ ਆਹੋ ਦਾਲ 300 ਰੁਪਏ ਮਸਾਲਾ ਹੁੰਦਾ ਨਾ ਜ਼ਿਆਦਾ ਵਿੱਚ, ਉਹੀ ਨਾ ਮਸਾਲੇ ਮਸਾਲੇ ਕਰਕੇ ਬਾਹਰ ਜਾਣਾ ਬਾਹਰ। ਚਲੋ ਖੋਲ ਗੇਟ ਖੋਲਦਾ ਭਰਾ, ਚੱਲ ਖੋਲ ਓਏ ਹੱਥ ਜਿਹਾ ਪੈਰ ਪੈਰ ਜਿਹਾ ਮਾਰ ਲੈਂਦੇ ਖੋਲ ਖੋਲ ਚੱਲ 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 ਤੁਮੀ ਚੱਲ ਚੱਲ ਜਾ ਤੂੰ ਪਿੱਛੇ ਰਹਿਣਾ ਤੁਮੀ ਜਾ। ਲੈ ਵੀ ਮਤਲਬ ਸ਼ਹਿਰ ਰੋਟੀ ਖਾਣ ਦਾ ਜਮਾਂ ਮਜ਼ਾ ਨਹੀਂ ਆਇਆ, ਘਰੇ ਮਾਤਾ ਦੇ ਹੱਥਾਂ ਦੀਆਂ ਰੋਟੀਆਂ ਚੌਲ ਸਬਜ਼ੀ ਕਹਿੰਦੀ ਆ ਸਬਜ਼ੀ ਦਾਲ ਦੀ ਬਣੀ ਹੈ, ਸੈਰ ਖਾਣੀ ਪੈ ਗਈ ਅਜੇ ਮਜ਼ਬੂਰੀ ਬਣ ਗਈ। ਚੰਡੀਗੜ੍ਹ ਤਾਂ ਹੈਗੇ ਉੱਥੇ ਡਾਇਟ ਵਾਲੀਆਂ ਚੀਜ਼ਾਂ ਖਾ ਲਈ ਦੀਆਂ, ਇੱਥੇ ਮਿਲੀਆਂ ਨਹੀਂ ਡਾਇਟ ਵਾਲੀਆਂ, ਇੱਥੇ ਕੈਫੇ ਨਹੀਂ ਹੈਗੇ ਜਿਹੜੇ ਚੰਡੀਗੜ੍ਹ ਉੱਥੇ ਬੜੀ ਵਧੀਆ। ਹੋਏ 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 ਮਿੱਤਰਾ ਆਹ ਤਾਂ ਕੱਲ੍ਹ ਨੂੰ ਗੱਲਾਂ ਹੀ ਹੋ ਜਾਣੀਆਂ, ਘਰ ਦੀ ਰੋਟੀ ਘਰ ਦੀ ਦਾਲ ਮੈਂ ਨਾ ਕੱਲ੍ਹ ਨੂੰ ਗੱਲਾਂ ਚੰਗਾ ਰੱਖ ਕੇ ਤੜਕਾ ਲਾਇਆ ਘਰਦਿਆਂ ਨੇ।
ਰੋਟੀ ਖਾਈ, ਚੌਲ ਖਾਈਏ ਨਾਲ ਦਾਲ। ਸਲਾਦ ਵਾਲੀ ਮੇਰੀ ਗੱਲ ਨਹੀਂ ਬਣੀ, ਇੱਦਾਂ ਨਹੀਂ ਹੁੰਦਾ ਵਧੀਆ ਗੱਲ ਹੁੰਦਾ। ਕਿੱਦਾਂ ਹੁੰਦਾ ਉਹ ਦੱਸਦੇ ਮੈਨੂੰ। ਲਾਗੇ ਜਿਮ, ਲਾਗੇ ਜਿਮ ਬੰਦੇ ਡੈਡ ਹੋਏ ਨੇ ਛੇਤੀ। ਇਹਦੇ ਸਾਹਮਣੇ ਦੇਖ ਲਓ ਤਾਂ ਤੂੰ ਤੂੰ ਮਸਤੀ ਨਾ ਹੋਇਆ, ਤੇਰਾ ਕਿਸੇ ਧਿਆਨ ਹੀ ਨਹੀਂ, ਤੇਰਾ ਧਿਆਨ ਕਿੱਥੇ ਹੋਣਾ, ਤੇਰਾ ਧਿਆਨ ਹੀ ਸਾਰਾ ਉਹਦੇ ਵਿੱਚ ਆ। ਚਲੀਏ ਜਿਮ ਨੂੰ, ਚਲੀਏ ਜਿਮ ਨੂੰ, ਰੋਜ਼ ਹੀ ਲੇਟ ਹੋ ਜਾਈਦਾ ਹੁਣ, ਦੋ ਤਿੰਨ ਦਿਨ ਹੋ ਗਏ ਇਹੋ ਟਾਈਮ ਹੀ ਹੁੰਦਾ ਸਾਡਾ ਜਿਮ ਦਾ। ਕਰ ਲਓ ਕੋਈ ਨਹੀਂ, ਉਹ ਗੱਲ ਲਾ ਜਾਣੇ ਦਸ ਮਿੰਟ ਜਿਮ ਜਾਂਦੇ ਆ, ਅਜੇ ਤਕੜੇ ਹੋ, ਰਹਿ ਨਾ ਜਾਵੇ ਗੱਲ ਕਰਨ ਲਈ ਕੋਈ ਭੈਣ ਚੋ। ਹੈ ਜਿਮ ਜਾਣ ਤੋਂ ਪਹਿਲਾਂ ਗੁਰੂ ਮਹਾਰਾਜ ਦਰਸ਼ਨ ਮੇਲੇ ਕਰ ਲਏ ਜੀ, ਹੁਣ ਚੱਲਦੇ ਹਾਂ ਜਿਮ। ਜਿਮ ਅੱਜ ਬਾਹਵਾ ਹੀ ਲੇਟ ਹੋ ਗਏ ਅਸੀਂ, 8:12 ਅਤੇ 8:30 ਤੱਕ ਅਸੀਂ ਮਹਾਂ ਹੀ ਐਕਸਰਸਾਈਜ਼ ਸ਼ੁਰੂ ਕਰਨੀ ਆ। 8:30 ਤੱਕ ਹੋ ਜਾਵੇ ਤਾਂ ਵੀ ਬਹਿ ਜਾ, 10 ਵਜੇ ਜਿਮ ਬੰਦ ਹੁੰਦਾ ਨਾ, 10 ਵਜੇ ਤੱਕ ਲੱਗ ਜਾਣੀ ਆਪਣੀ ਵਧੀਆ ਐਕਸਰਸਾਈਜ਼। ਪਰ ਇਹ ਕਿ ਇਹੋ ਜਿਹੀ ਐਕਸਰਸਾਈਜ਼ ਲਾ ਕੇ ਬਾਜੂ ਰਾਤ ਨੂੰ ਨੀਂਦ ਬੜੀ ਔਖੀ ਆਉਂਦੀ ਪ੍ਰੀ ਵਰਕਆਊਟ ਦਾ ਕਰਕੇ। ਜੇ ਤਾਂ ਪ੍ਰੀ ਵਰਕਆਊਟ ਨਾ ਪੀਏ ਤਾਂ ਫਿਰ ਜਿਹੜੇ ਹਿਸਾਬ ਨਾਲ ਐਕਸਰਸਾਈਜ਼ ਲਾਈਦੀ ਫਿਰ ਤਾਂ ਆਪਾਂ ਆਉਂਦੇ ਡਿੱਗ ਪੈਣਾ। ਉਹ ਪ੍ਰੀ ਵਰਕਆਊਟ ਹੈ ਬੜਾ ਤੇਜ਼, ਕੱਲ੍ਹ ਹਰਮਨ ਨੇ ਪੀਤਾ, ਮੈਨੂੰ ਲੱਗਾ ਮੈਂ ਇਕੱਲਾ ਹੀ ਤੰਗ ਹੋਇਆ। ਉਹ ਜਦੋਂ ਫਿਰ ਮੈਂ ਗੱਲ ਜੀ ਛੇੜੀ ਮਾੜੀ ਜੀ ਆਪਣੇ ਬੰਦਿਆਂ ਸਾਹਮਣੇ ਅਤੇ ਸਾਰਿਆਂ ਨੇ ਦੱਸਿਆ ਫੁੱਟ ਫੁੱਟ ਕੇ, ਬਈ ਤੂੰ ਇਕੱਲਾ ਨਹੀਂ ਤੰਗ ਤੰਗ, ਅਸੀਂ ਵੀ ਤੇਰੇ ਨਾਲ ਹੀ ਹੋਏ ਹਾਂ। ਬਲਾ ਬਲਾ ਹੀ ਬਈ ਯਾਰ, ਗੈ ਕਹਿੰਦੇ ਓਕੇ ਰੁਕ, ਇੱਦਾਂ ਨਹੀਂ ਕਰਨਾ ਹੈ। ਲੈ ਵੀ ਵਰਕਆਊਟ ਹੋ ਗਿਆ ਜੀ, ਓਕੇ ਰਿਪੋਰਟ, ਥੋੜ੍ਹਾ ਲੇਟ ਹੋ ਗਏ ਅੱਜ ਪਰ ਫਿਰ ਵੀ ਲਾ ਲਿਆ ਰਿਜ਼ਲਟ, ਰਿਜ਼ਲਟ ਓਕੇ ਰਿਪੋਰਟ ਹੀ ਹੋਣ ਡਿਆ ਸਾਰੇ ਬੰਦਿਆਂ ਦਾ। ਡਾਇਟ ਵੀ ਪੂਰੀ ਠੋਕ ਕੇ, ਮਿੱਠਾ ਰੱਖਿਆ ਰੋਕ ਕੇ ਹੈ, ਅਤੇ ਜਿਮ ਵੀ ਪੂਰਾ ਠੋਕ ਕੇ। ਰਹਿ ਗਏ ਸਾਡੇ 3 ਮਿੰਟ, ਛੇਤੀ ਲਾਓ ਛੇਤੀ, ਲੇਟ ਨਹੀਂ ਵੱਜਦੀ ਤੇ ਬੂਥੇ ਦੇ ਉਹ ਹੀ ਮੰਨਾ ਵਾ ਜਿਹੜਾ ਹੈ, ਉਹ ਹੀ ਮੰਨਾ ਵਾ, ਉਹ ਹੀ ਪਹਿਲਾਂ ਵਾਲਾ ਸੀ, ਫਿਰ ਕੀ ਹੋਇਆ ਮੋਟਾ ਹੋ ਗਿਆ ਤੇ ਹੈਂ। ਯਾਰ 2 ਦਿਨ ਹੋ ਗਏ ਮੰਨੇ ਦੇ ਬੰਦੇ ਬਾਹਲੇ ਵਰਨ ਡੇ ਆ, ਕੱਲ ਸ਼ੇਰੇ ਨੇ ਨੀ ਪੈਰ ਲੱਗਣ ਦਿੱਤੇ ਤੇ ਅੱਜ ਸ਼ਾਮੀ ਜੀ ਨਾਲ ਦੀ ਨੀ ਲੱਗਣ ਦੇਣ ਡੀ ਤੇ ਹੁਣ ਸਰਪੰਚ ਨੀ ਲੱਗਣ ਦੇਣ ਡੇ ਹੈ। ਉਹ ਮੈਨੂੰ ਗੱਲ ਚ ਤਾਂ ਭੁੱਲ ਗਈ, ਵਲੋਗ ਚ ਸੁਣਾਈ ਮੈਂ, ਕਹਿੰਦਾ ਹੋਰ ਪਤਾ ਨੀ ਕਿੱਦਾਂ ਕਰੀਦਾ ਕੀ ਕਰੀਦਾ, ਸਾਡਾ ਗੇਟ ਦੇ ਬਾਹਰ ਦੂਹ ਦੂੜਿਆ ਉਹਨੂੰ ਕਹਿ। ਨਹੀਂ ਭਾਜੀ ਨੇ ਸਾਰੀ ਗੱਲ ਤੇਰੀ ਮੈਂ ਰਿਕਾਰਡ ਕੀਤੀ ਉਦੋਂ ਲਾਗੇ ਬਹਿ ਕੇ, ਗਲਤ ਉਹ ਤੇ ਗੱਲ ਵੀਰ ਜੀ ਬਚੋ ਜਿੰਨਾ ਬਜਾ ਜਾਂਦਾ ਵਾ ਹੈਂ ਮਾੜੇ ਕੰਮਾਂ ਤੋਂ, ਦੱਸਦਾ ਨੀ ਉਹ ਖੁੱਲੀ ਰਹਿ ਗਈ ਕੁਝ ਆ ਗਿਆ ਗਾੜੀ ਸਰਪੰਚਾ ਵੇਖ ਹੱਥ ਨਾ ਦੇਦੀ ਮੁੰਡੇ ਅਗਲੇ ਵਿੱਚ ਮੁੰਡੇ ਦਾ ਫਿਰ ਕਾਬੂ ਆ ਗਏ, ਚਲਾਓ ਚੱਲੀਏ, ਲੋਕੀ ਸੁੱਤੇ ਲੱਗ ਗਏ ਤੁਸੀਂ ਰੌਲਾ ਪਾਉਣ ਡੇ ਜੇ, ਐਵੇਂ ਜੇ ਮਾਣੇ ਲਾਮਾ ਦਬਾਓਗੇ ਗੁਰੂਆ।
ਪਹੁੰਚ ਗਈ ਯਾਰ ਹੁਣੀ ਘਰੇ ਵੇਖੋ ਖੋਲ੍ਹ ਕੇ ਜੇ ਖੋਲ੍ਹਦਾ ਗੇਟ ਤੇ ਹੈਂ ਪੱਟ ਲਾਏ ਬੰਦੇ ਦੀ ਬਹਿ ਜਾ ਬਹਿਜਾਏ ਬਈ ਗੱਡੀ ਉੱਤਰ ਦਾ ਨਾ ਨਹੀਂ ਲੈਣ ਦੇ ਹੈ ਪਰ ਨੀਂਦ ਨਹੀਂ ਆਉਣੀ ਜਿਹੜੇ ਸਾਡਾ ਪ੍ਰੀਅਰ ਕੋਟ ਪੀਤਾ ਤੂੰ ਪੀਤਾ ਮੰਨਿਆ ਸ਼ੁਕਰ ਹੈ ਨਹੀਂ ਪੀਤਾ ਉਹਨੇ ਕੁੜੀ ਨੀਂਦ ਨਹੀਂ ਆਉਣ ਦੇਣੀ ਗੁਰੂਆ ਇੱਕ ਆਪਣੀ ਐਕਸਰਸਾਈਜ਼ ਚਾਹੀਦੀ ਸਵੇਰੇ ਅੱਛਾ ਠੀਕ ਆ ਇਹਦੇ ਭਾਜੀ ਟਾਈਮ ਸਿਰ ਉੱਠ ਪਿਆ ਸਵੇਰੇ ਹੁਣ ਨਹੀਂ ਇਹਦੇ ਆਪਣੀ ਲੜਾਈ ਹੋਈ ਨਹੀਂ ਜੀ ਹੈਂ ਸੈਰ ਸੁਰ ਕਰਕੇ ਆਏ ਯਾਰ ਰੋਟੀ ਪਾਣੀ ਆ ਲੇੜ ਕੇ ਅਤੇ ਮੈਂ ਚੱਲ ਬਾਏ ਬਾਏ ਕਰਦੀ ਸੱਜਣਾ ਮਿੱਤਰਾਂ ਨੂੰ ਨਾਲੇ ਮੈਂ ਕਮੈਂਟ ਪੜ੍ਹਦਾ ਆਉਣ ਡਿਆ ਸੀ ਇੱਕ ਵੀਰ ਦੋ ਤਿੰਨ ਦਿਨ ਹੋ ਗਏ ਵਿਚਾਰਾ ਕਮੈਂਟ ਕਰਨ ਡਿਆ ਸੱਜੀ ਆਪਣੀ ਕੋਈ ਸਾਡੇ ਕੋਈ ਨਵਾਂ ਆਉਣਾ ਹਜੇ ਹੈ ਨਾ ਅਸੀਂ ਜਦੋਂ ਨਵੇਂ ਨਵੇਂ ਚੰਡੀਗੜ੍ਹ ਗਏ ਸਾਨੂੰ ਨਹੀਂ ਪਤਾ ਸੀ ਕਿ ਫਲੈਟ ਕਿੱਦਾਂ ਲਈਦਾ ਉਹ ਬਾਈ ਪੁੱਛਣ ਡਿਆ ਜਾਣ ਮੇਰੀ ਬ੍ਰੋਕਰ ਲੱਭਣਾ ਪੈਂਦਾ ਉੱਥੇ ਬ੍ਰੋਕਰ ਲੱਭ ਕੇ ਤੁਹਾਨੂੰ ਫਲੈਟ ਵਿਖਾ ਦੂਗਾ ਜਿੰਨੀ ਕੁ ਆਪਣਾ ਬਜਟ ਹੁੰਦਾ ਉਸ ਹਿਸਾਬ ਨਾਲ ਫਲੈਟ ਵਿਖਾ ਦਿੰਦਾ ਆਪਾਂ ਨੂੰ ਹੈ ਨਾ ਕਿੱਦਾਂ ਦੀ ਸੁਸਾਇਟੀ 'ਚ ਲੈਣਾ ਵਾ ਜ਼ਿਆਦਾ ਸਕਿਉਰਿਟੀ ਵਾਲੀ ਸੁਸਾਇਟੀ ਚਾਹੀਦੀ ਆ ਜਾਂ ਕੋਠੀ ਲੈਣੀ ਆ ਹੈ ਨਾ ਅਤੇ ਬ੍ਰੋਕਰ ਲੱਭ ਕੇ ਤਾਂ ਲੈ ਲਈ ਮੇਰਾ ਭਰਾ ਮੈਸੇਜ ਕਮੈਂਟ ਉਹ ਕਾਫੀ ਜਣਾਂ ਦੇ ਵੀਰ ਦਾ ਕਮਾਉਣ ਡਿਆ ਅਤੇ ਮੈਂ ਚੱਲ ਚੇਤਾ ਭੁੱਲ ਜਾਂਦਾ ਗੇਰਾ ਹੈ ਨਾ ਆਪਣਾ ਫੰਕਸ਼ਨ ਕਰਦੇ ਹਾਂ ਅਤੇ ਬਾਕੀ ਜਾਣ ਮੇਰੀ ਇਹ ਮਿਲਦੇ ਹਾਂ ਸਵੇਰੇ ਨਵੇਂ ਵਲੌਗ ਦੇ ਨਾਲ ਉਹ ਗੱਡੀ ਵਾਲੀ ਸਰਸ ਦੇ ਮੈਸੇਜ ਬਹੁਤ ਆਏ ਉਹ ਬਾਬੇ ਕਿਰਪਾ ਨਾਲ 'ਚ ਆਪਣਾ ਕੰਮ ਓਕੇ ਹੋ ਗਿਆ ਅਤੇ ਬੜੀ ਵਧੀਆ ਮਤਲਬ ਕਿ ਆਪਣੀ ਗੱਡੀ ਸਰਸ ਹੋਈ ਆ ਮਤਲਬ ਕਿ ਬੰਦੇ ਬੰਦੇ ਸਾਰੇ ਬੜੇ ਵਧੀਆ ਇੱਕ ਹੁੰਦਾ ਨਾ ਕਿ ਆਪਾਂ ਨੂੰ ਆਪਾਂ ਜਾਈਦਾ ਵਾ ਆਪਾਂ ਪੈਸੇ ਪੂਰੇ ਪੇ ਕਰ ਦਿੰਦੇ ਹਾਂ ਪਰ ਆਪਾਂ ਨੂੰ ਆਪਾਂ ਸੈਟਿਸਫਾਈ ਨਹੀਂ ਹੁੰਦੇ ਹੈ ਨਾ ਕੰਮ ਤੋਂ ਪਰ ਬੜਾ ਵਧੀਆ ਕੰਮ ਕਰਕੇ ਦਿੱਤਾ ਮੈਨੂੰ ਇਹ ਚੀਜ਼ ਦਾ ਪਛਤਾਵਾ ਹੋਣਾ ਕਿ ਪਹਿਲਾਂ ਸਰਸ ਗੱਡੀ ਦੀ ਕਿਉਂ ਨਹੀਂ ਉੱਥੋਂ ਕਰਵਾਈ ਹੈ ਨਾ ਕਿਉਂਕਿ ਜਾ ਕੇ ਪਤਾ ਲੱਗਦਾ ਸੁਣਿਆ ਹੁੰਦਾ ਆਪਾਂ ਕੀ ਕਿਸ ਚੀਜ਼ਾਂ ਬਾਰੇ ਹੈ ਨਾ ਜਿੰਨਾ ਚਿਰ ਆਪਾਂ ਉੱਥੇ ਚੱਲ ਨਹੀਂ ਜਾਂਦੇ ਉਨਾ ਚਿਰ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਉਹ ਉਸ ਚੀਜ਼ ਦਾ ਰਿਜ਼ਲਟ ਕੀ ਹੈ ਜਾਂ ਉਹ ਚੀਜ਼ ਕਿੱਦਾਂ ਦੀ ਆ ਅਤੇ ਬਾਕੀ ਮੇਰੀ ਜਾਣ ਮਿਲਦੇ ਹਾਂ ਸਵੇਰੇ ਨਵੇਂ ਵਲੌਗ ਦੇ ਨਾਲ ਦੇਖੋ ਕੀ ਵਲੌਗ ਬਣਦਾ ਸਵੇਰੇ ਕੀ ਕਹਿੰਦੇ ਜੀ ਹੈ ਸਭਲ ਕਹਿੰਦੇ ਚੰਡੀਗੜ੍ਹ ਜਾਣ ਨੂੰ ਤਿਆਰ ਹੋਈ ਆ ਇਹ ਹੁਣ ਤੁਹਾਨੂੰ ਕੱਲ੍ਹ ਵਾਲੇ ਵਲੌਗ 'ਚ ਪਤਾ ਲੱਗੂਗਾ ਕਿੱਧਰ ਨੂੰ ਜਾਂਦੇ ਬੰਦੇ ਸਾਡੇ ਹੈ ਨਾ ਅਤੇ ਬਾਕੀ ਜੇ ਜ਼ਿਆਦਾ ਤੁਸੀਂ ਫੰਕਸ਼ਨ ਵੇਖਣਾ ਫਿਰ ਸਨੈਪਚੈਟ 'ਤੇ ਅਤੇ ਇੰਸਟਾਗ੍ਰਾਮ 'ਤੇ ਚਲੋ ਰੀਲਾਂ ਰੂਲਾਂ ਮਾੜੀ ਮੋਟੀ ਪਾ ਲਈਦੀਆਂ ਆਪਣੇ ਸਾਊਂਡ ਬਣਾਉਣੇ ਸ਼ੁਰੂ ਕੀਤੇ ਹੁਣ ਉਹ ਪਾ ਲਈਦੇ ਆ ਅਤੇ ਉਹਨਾਂ ਚੀਜ਼ਾਂ ਨੂੰ ਕਾਫੀ ਪਿਆਰ ਮਿਲਦਾ ਵਾ ਅਤੇ ਸਨੈਪਚੈਟ ਦਾ ਸਕਰੀਨਸ਼ੋਟ ਮੈਂ ਇਹਨਾਂ 'ਤੇ ਐਡ ਕੀਤਾ ਵਾ ਅਤੇ ਜਿਹੜੇ ਭਰਾ ਜ਼ਿਆਦਾ ਆਉਂਦੇ ਸਾਡੇ ਕੋਲ ਵਿਹਲੇ ਆ ਉਹ ਇੱਥੇ ਇੰਟਰਟੇਨਮੈਂਟ ਕਰ ਸਕਦੇ ਆ ਆਪਣਾ ਹੈ ਨਾ ਉੱਥੇ ਵਧੀਆ ਰੌਣਕ ਮੇਲਾ ਕਰ ਦਈਦਾ ਉੱਥੇ ਇੱਕ ਚੀਜ਼ ਸਭ ਤੋਂ ਵਧੀਆ ਵਾ ਕਿ ਸਟੋਰੀ ਦਾ ਰਿਪਲਾਈ ਕਰਨਾ ਬੜਾ ਸੌਖਾ ਮੰਨ ਲਾ ਕਿਸੇ ਨੇ ਮੈਸੇਜ ਕੀਤਾ ਨਾ ਉਹਦਾ ਰਿਪਲਾਈ ਕਰਨਾ ਬੜਾ ਸੌਖਾ ਕਮੈਂਟ ਪਹਿਲਾਂ ਪੜ੍ਹਾਂਗੇ ਫਿਰ ਉਹ ਸਕਰੀਨਸ਼ੋਟ ਮਾਰ ਕੇ ਰੱਖਾਂਗੇ ਕਈ ਵਾਰ ਆਪਣਾ ਫੰਕਸ਼ਨ ਕਰਦੇ ਉਹ ਚੀਜ਼ ਤਾਂ ਚੇਤਾ ਭੁੱਲ ਜਾਂਦਾ ਅਤੇ ਉਹ ਚੀਜ਼ ਵਧੀਆ ਵਾ ਅਤੇ ਉੱਥੇ ਰੱਖੋ ਫੋਲੋ ਕਰਕੇ ਬਾਕੀ ਮਿਲਦੇ ਹਾਂ ਮੇਰੀ ਜਾਨ ਕੱਲ੍ਹ ਨੂੰ ਨਵੇਂ ਵਲੌਗ ਦੇ ਨਾਲ ਜਿਹਦੇ ਵੱਸਦੇ ਰਹੋ ਨਜ਼ਾਰੇ ਲਓ ਅਤੇ ਬਾਦਸ਼ਾਹੀ ਕਰੋ ਬਾਏ ਬਾਏ।